ਡੰਡਾ ਨਹੀਂ ਹੈਗਾ, ਡੰਡਾ ਮੇਰਾ ਸਿੰਗਰ ਬਾਹਰ ਆ। ਸੋ ਤੁਹਾਡਾ ਆਪਣਾ ਇੰਡੀ ਬਲੈਕ ਆਈਡੈਂਟੀ ਟੀਮ, ਸੋ ਸਾਗਾ 뮤직 ਦੇ ਨਾਲ ਅਸੀਂ ਫਿਲਮ ਲੈ ਕੇ ਆਏ ਆ ਬਾਈ ਜੀ। ਸਾਗਾ 뮤직 ਯੂਨੀਸੈਸ ਦੇ ਨਾਂ ਤੇ ਤਾੜੀ ਮਾਰ ਦਿਓ, ਕਿਉਂਕਿ ਸਾਡੇ ਸੀਐਮ ਸਾਹਿਬ ਫਿਲਮ ਆ ਰਹੀ ਹੈ ਬਾਈ ਜੀ। ਆ ਸੀਐਮ ਬਹੁਤ ਵਧੀਆ ਬੰਦਾ, ਸੋ ਇੱਕ ਵਾਰ ਹਰਭਜਨ ਮਾਨ ਜੀ ਦੇ ਨਾਂ ਤੇ ਤਾੜੀ ਮਾਰ ਦਿਓ। ਉਹ ਇੱਕ ਵੱਖਰੀ ਫਿਲਮ ਲੈ ਕੇ ਆ ਰਹੇ ਆ, ਇੱਕ ਵੱਖਰਾ ਵਿਸ਼ਾ, ਇੱਕ ਵੱਖਰੀ ਇੰਡਸਟਰੀ ਨੂੰ ਚੀਜ਼ ਮਿਲਣ ਲੱਗੀ ਹੈ, ਕਿਉਂਕਿ ਸ਼ਾਇਦ ਇਸ ਤੋਂ ਬਾਅਦ ਇੰਡਸਟਰੀ ਹੋਰ ਅਪਗ੍ਰੇਡ ਹੋ ਜਾਵੇ, ਤੁਹਾਨੂੰ ਹੋਰ ਵੀ ਚੀਜ਼ਾਂ ਦੇਖਣ ਨੂੰ ਮਿਲਣ। ਸੋ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਮੈਂ ਅੱਜ ਮੈਂ ਆਪਣਾ ਆਰਟਿਸਟ ਤੁਹਾਡੇ ਮੂਹਰੇ ਲੈ ਕੇ ਆ ਰਿਹਾ, ਮੇਰਾ ਵੀਰ ਨੱਡਾ ਵਰਿੰਦ। ਸੋ ਪਹਿਲਾਂ ਵੀ ਉਹਦਾ ਬਹੁਤ ਵਧੀਆ ਗਾਣਾ ਚੱਲਿਆ ਹੈ, ਸੋ ਹੁਣ ਬਹੁਤ ਛੇਤੀ ਲੈ ਕੇ ਆ ਰਹੇ ਹਾਂ ਸਾਗਾ 뮤직 ਦੇ ਨਾਲ, ਯੂਨੀਸੈਸ ਦੇ ਨਾਲ, ਆਈਬੀਪੀ ਟੀਮ ਦੇ ਨਾਲ, ਚਾਚਾ ਚਾਚਾ। ਸੋ ਮੈਂ ਸੋਹਣੀ ਜੀ ਧੁੰਨ ਦੇ ਨਾਲ ਗੁਜ਼ਾਰਿਸ਼ ਕਰੂੰਗਾ, ਮੇਰੇ ਮਜੀਸ਼ੀਨਾ ਬਾਈ ਉਹਨਾਂ ਦੇ ਨਾਂ ਦੇ ਤਾੜੀਆਂ ਮਾਰ ਦਿਓ ਬਾਈ ਜੀ, ਇਹਨਾਂ ਦੇ ਨਾਂ ਦੇ ਸਿਰ ਤੇ ਉੱਠਦੇ ਆ। ਬਹੁਤ ਵਧੀਆ ਪਰਫਾਰਮੈਂਸ ਸਾਡੀ ਕਰਵਾਈ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ, ਗੁਰੂ ਦੀ ਨਗਰੀ ਦੇ ਵਿੱਚ। ਸੋ ਇਹਨਾਂ ਦੇ ਨਾਂ ਦੇ ਤਾੜੀਆਂ ਮਾਰ ਦਿਓ। ਤੁਹਾਡੇ ਸ਼ਹਿਰ ਚੰਡੀਗੜ੍ਹ ਦੇ ਵਿੱਚ ਆਏ ਆ ਜੀ, ਬਹੁਤ ਬਹੁਤ ਸੁਣਿਆ ਚੰਡੀਗੜ੍ਹ ਸ਼ਹਿਰ ਦੇ ਬਾਰੇ, ਇੱਕ ਵਾਰ ਆਪਦੇ ਸ਼ਹਿਰ ਦੇ ਨਾਲ ਤਾੜੀਆਂ ਮਾਰ ਦਿਓ। ਸੋ ਮੇਰਾ ਵੀਰ ਮਨੀ ਔਜਲਾ ਵੀ ਇੱਥੇ ਆ ਚੁੱਕਿਆ, ਇੱਕ ਵਾਰ ਮਨੀ ਔਜਲਾ ਦੇ ਨਾਂ ਤੇ ਤਾੜੀਆਂ ਮਾਰ ਦਿਓ ਬਾਈ। ਸੋ ਮਿੱਠੀ ਜੀ ਧੁੰਨ ਦੇ ਨਾਲ ਮੈਂ ਆਪਣਾ ਲੱਡਾ ਵਰਿੰਦਰ ਨੂੰ ਸਿਰ ਤੇ ਕਹੂੰਗਾ ਕਿ ਆ ਕੇ ਇੱਥੇ ਸੁਭੂਦਰ ਭਾਈ। ਇੱਕ ਗੱਡ ਕੇ ਜਕਾਰਾ ਲਾਉਂਦੇ ਹਾਂ ਉਸ ਮਾਲਕ ਦੇ ਨਾਮ ਦਾ, ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆਈ ਹੈ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਇੰਡੀ ਬਲਿੰਗ ਆਈਬੀਪੀ ਪ੍ਰੋਡਕਸ਼ਨ ਟੀਮ ਦਾ, ਫਿਰ ਧੰਨਵਾਦ ਕਰਦੇ ਹਾਂ ਆਪਾਂ ਭਵਿਸ਼ ਵੀਰੇ ਦਾ, ਸਮਿਤ ਵੀਰੇ ਦਾ, ਜੇ ਇਸ ਕਮਰੇ ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ। ਮਾਨ ਭਾਜੀ ਹੁਣ ਦੀ ਮੂਵੀ ਆ ਰਹੀ ਆ ਸਾਡੇ ਸੀਐਮ ਸਾਹਿਬ, ਚੰਗ ਲਾਈਨਾਂ ਲਿਖੀਆਂ ਉਸ ਮੂਵੀ ਬਾਰੇ। ਗੁੱਡ ਅੱਗੇ ਤੁਹਾਨੂੰ ਹੋਰ ਸੁਣਾਉਣਾ। ਸੋ ਇੱਕ ਵਾਰ ਭਾਈ ਜੀ 27 ਮਈ ਨੂੰ ਸੀਐਮ ਸਾਹਿਬ ਕੌਣ ਕੌਣ ਵੇਖਣ ਜਾਊ, ਹੱਥ ਕੱਢ ਕੇ ਸਬੂਤ ਦੇ ਦਿਓ। ਮੈਨੂੰ ਲੱਗਦਾ ਪੰਜਾਬ ਬਦਲਣ ਵਾਲਾ। ਸੋ ਇੱਕ ਵਾਰ ਆਪਣੇ ਪੰਜਾਬ ਦੇ ਨਾਂ ਦੇ ਹੱਥ ਖੜੇ ਕਰਕੇ ਭਾਈ ਜੀ ਸਹੁੰ ਹੈ ਜਿਹੜਾ ਸੀਐਮ ਸਾਹਿਬ ਨਾ ਫਿਲਮ ਦੇਖ ਕੇ ਆਵੇ। ਆਪਣਾ ਪੰਜਾਬ ਬਹੁਤ ਵਧੀਆ, ਲੋਕੀ ਮਾੜਾ ਕਹਿੰਦੇ ਨੇ, ਮੈਂ ਕਹਿੰਦਾ ਪੰਜਾਬ ਨੂੰ ਮਾੜਾ ਨਾ ਕਹੋ, ਆਪਣਾ ਯਾਰ ਇਹ ਪੰਜਾਬ ਨੇ ਬਹੁਤ ਕੁਛ ਦਿੱਤਾ ਆਪਾਂ। ਇੱਕ ਵਾਰ ਆਪਣੇ ਪੰਜਾਬ ਦੇ ਨਾਂ ਦੇ ਤਾੜੀਆਂ ਮਾਰ ਦਿਓ ਵੀਰ ਜੀ, ਕੈਨੇਡਾ।
Thank you.
ਸਾਰੇ ਵੀਰ ਆਏ ਹੋਏ ਮਨੀ ਔਜਲਾ ਵੀਰਾਂ ਗੱਲ ਬਲੈਚ ਵੀਰਾਂ ਗੁਰਪ੍ਰੀਤ ਵੀਰਾਂ ਸੋ ਚੰਦ ਕਲਾਈਨਾ ਵੱਡੇ ਵੀਰ ਲਈ ਇੰਦੀ ਬਲਿੰਗ ਵੀਰ ਲਈ ਵੱਡਾ ਵੀਰਾ ਸਭ ਤੋਂ ਸਿਰਾ ਅੱਖਾਂ ਗੁੰਡੀਆਂ ਵੀ ਰੱਖਦਾ ਹੈ ਨਾਲੇ ਗੁੰਡੀ ਮੱਛ ਖੜੀ ਕਰਕੇ ਅੱਖੋਂ ਵੀ ਕਰਦਾ ਹੈ ਇੱਕ ਵਾਲੇ ਜ਼ੋਰ ਨਾਲ ਮੈਂ ਕਿਆ ਗੱਲਾਂ ਦੇ ਨਹੀਂ ਲਾਉਂਦਾ ਤੜਕੇ ਹੋ ਵੱਡਾ ਵੀਰਾ ਸਭ ਤੋਂ ਸਿਰਾ ਪਿਆਰ ਕਰਦੇ ਹੋ ਭਾਈ ਤਾੜੀ ਮਾਰ ਕੇ ਸਬੂਤ ਦੇ ਦਿਓ
क्या बात। सो बहुत ही कहलाना चाहता है मेरा वीर जीत गुरु जी। थैंक यू जी, थैंक यू। एक बार जोरदार तालियां मेरी रीति। इन्हों का बहुत सोहना ग्रुप है मेरा वीर हुने नड्डा तुहाडे सामने गा के गए। सो ज्यादा समा नहीं लेना क्योंकि तुहाडे सारे दे सामने तुहाडे सारे दे चहेते हरभजन मान जी वो भी पहुंचने वाले ने। गुरप्रीत घुग्गी जी सारे बड़े नामवर कलाकार स्टैंड दे कहिंदे स्टैंड तो बिना तो साइकिल भी कंध ना लाउणा पैंदा बंदा जे स्टैंड ना होवे तो गाया भी नहीं जाता। हाँ जी एक बार जोरदार तालियां सारे अपने लिए कि तुहाडे दिल की दहलीज कबूल करे पैगाम लेके आया हाँ हर चवन वाला कबूल करे सलाम लेके आया हाँ सत श्री अकाल ते खुशामदीद आया नूं दिल च दुआवां भी तमाम लेके आया हाँ कि जिन्हां दे सहारे असीं अज तक सहिंदे ओह लोहड़ियां ते रब वाला नाम लेके आया हाँ। एक बार जोरदार तालियां अपनी अपनी मां लई मार दो। थैंक यू। सो शुरू करदे जी। सो रब दा आसरा हमेशा नाल हुंदा सो रब दे नाम तों एक बार जोरदार जयकारे नाल वाहेगुरु जी का खालसा वाहेगुरु जी की फतेह। शुरू करदे सारे दीआं कईआं गल्लां पहले तों ਸਿਆਣੇ ਨੇ ਜੋ ਗੱਲਾਂ ਕਹੀਆਂ ਉਹਨਾਂ ਦਾ ਕੋਈ ਅੰਤ ਨਹੀਂ ਹੁੰਦਾ ਜੀ। ਸੋ ਉਹ ਗੱਲਾਂ ਬੜੇ ਥੋੜੇ ਸਮੇਂ ਦੇ ਵਿੱਚ ਤੁਹਾਡੇ ਸਾਰੇ ਦੇ ਨਜ਼ਰ ਕਿ ਕਵੀ ਤੇ ਰਸੋਈ ਨੂੰ ਬੁਰਾ ਨਾ ਬੋਲੀਏ ਖਜ ਲਈਏ ਤੱਕੜੀ ਤਾਂ ਪੂਰਾ ਤੋਲੀਏ ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ ਕਿ ਬੈਜਾ ਬੈਜਾ ਕਰ ਛੱਡੀਏ ਵਿਚੋਲੇ ਨੂੰ। ਇੱਕ ਵਾਰੀ ਉਹ ਤਾੜੀਆਂ ਮਾਰਦੇ ਜਿਹੜੇ ਗਾਹੇ ਨੇ ਜਾਂਦੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਇੱਕ ਵਾਰ ਜ਼ੋਰਦਾਰ ਤਾੜੀਆਂ
ਪੰਜਾਬ ਦੀਆਂ ਹੀ ਨਹੀਂ, ਹਿੰਦੁਸਤਾਨ ਦੀਆਂ ਹੀ ਨਹੀਂ, ਪੂਰੀ ਦੁਨੀਆ ਦੀਆਂ ਧੀਆਂ ਦੇ ਨਾਤੇ, ਧੀਆਂ ਦੇ ਨਾਤੇ ਜੋਰ ਨਾਲ ਤਾੜੀਆਂ ਮਾਰ ਦਿਓ। ਪੁੱਤ ਜੰਮਦੇ ਤੁਸੀਂ ਬੜਾ ਕੁਛ ਮੰਨਦੇ, ਇੱਕ ਵਾਰ ਧੀਆਂ ਦੇ ਨਾਤੇ
ਸੋਨੇ ਦੀ ਆਵਾਜ਼ ਸੁਣ ਕੇ ਘਰੇ ਨੂੰ ਜਵਾਨ ਲੱਗਦੀ ਹੈ, ਘੜਾ ਕੀ ਕਹਿੰਦਾ ਸੁਣ ਕੇ ਜਰਾ ਗੁਰਨਾਮ ਭੁੱਲਰ। ਹਾਂਜੀ ਜ਼ੋਰਦਾਰ ਤਾੜੀਆਂ ਨਾਲ ਇੱਕ ਹੋਰ ਆਵਾਜ਼
ਗੁਰਨਾਮ ਭੁੱਲਰ ਅਸੀਂ
ਲੀਡਰਸ। ਅੱਛਾ ਜੀ, ਅਗਲਾ ਗੀਤ ਜਿਹੜਾ ਆ ਰਿਹਾ, ਸੋ ਇੱਕ ਛੋਟੀ ਜਿਹੀ ਕਹਾਣੀ ਹੈ। ਮੁੰਡਾ ਪਿੰਡ ਦਾ ਜੀ, ਉਹ ਕੁੜੀ ਸ਼ਹਿਰ ਦੀ ਮੁੰਡੇ ਪਿੰਡ ਦੇ ਨੂੰ ਲਾਈਕ ਕਰਦੀ ਹੈ, ਉਹਨੂੰ ਕਹਿੰਦੀ ਹੈ ਵੀ ਆਪਾਂ ਕੋਰਟ ਮੈਰਿਜ ਕਰਾ ਲਈਏ। ਮੁੰਡਾ ਕੀ ਜਵਾਬ ਦਿੰਦਾ, ਸੁਣੋ ਵਾਲੀ ਗੱਲ। ਕੋਰਟ ਮੈਰਿਜ ਕਰਾਉਣੀ ਕਹਿੰਦੀ ਸੁਣ ਮੁੰਡਿਆ, ਤੇ ਜੋੜੀ ਤੇਰੇ ਬਿਨਾਂ ਜ਼ਿੰਦਗੀ ਨਾ ਹੋ ਮੁੰਡਿਆ। ਉਹ
ਤੇ ਥਲੇ ਵੀ ਸਵਾਰੀਆਂ ਬਾਬਾ ਸ਼ੁਕਰੀਆ ਜੀ ਤੁਸੀਂ ਸੁਣਿਆ ਬਹਿ ਕੇ ਜ਼ਿਆਦਾ ਸ਼ਾਂਤੀ ਹੋਈ ਵੀ ਹੈ ਵੈਸੇ ਨਹੀਂ ਹੁੰਦੀ ਨਹੀਂ ਅਲਾਟ ਯੂਜਲੀ ਸੋ ਇੱਕ ਲਾਈਨ ਦਾ ਜਿਹੜਾ ਹੁਣ ਗੀਤ ਆਇਆ ਸੀ ਮੈਂ ਸੁਣਾ ਦਿਆ ਕਿਉਂਕਿ ਅੱਜ ਕੱਲ੍ਹ ਸਿੰਗਰ ਬਹੁਤ ਹੋ ਗਏ ਗਾਣਿਆਂ ਤੋਂ ਪਤਾ ਲੱਗਦਾ ਅੱਛਾ ਇਹ ਉਹ ਵਾਲੇ ਗਾਣੇ ਵਾਲਾ ਸੀਗਾ ਸੋ ਮੈਂ ਮੇਰਾ ਜਿਹੜਾ ਪਿਆਰਾ ਹੁਣੇ ਦੇ ਆ ਕੇ ਗਿਆ ਉਹ ਦੋ ਦਿਨ ਮੈਂ ਸੁਣਾ ਦਿਆਂ ਫਿਰ ਮੈਂ ਚੱਲ ਚੱਲਦਾ ਉਹ ਚੱਲੀ ਪਿੰਡ ਬਹਾਨੋ ਲਾਇਆ ਨੀ ਕਿੱਡਾ ਵੱਡਾ ਭੇਦ ਛੁਪਾਇਆ ਮੈਂ ਜਦ ਵੀ ਤੇਰਾ ਫੋਨ ਬੁਲਾਇਆ ਜਦ ਵੀ ਤੇਰਾ ਫੋਨ ਬੁਲਾਇਆ ਜਾ ਬੰਦ ਜਾ ਬੀਜੀ ਨੀ ਤੂੰ ਸ਼ਨੀਵਾਰ ਨੂੰ ਨਾ ਪਿੰਡ ਸੀ ਨਾ ਬੀਜੀ ਨੀ ਤੂੰ ਸ਼ਨੀਵਾਰ ਨੂੰ ਉਹ ਕਿੱਥੋਂ ਦਾ ਕੀ ਕਰਦਾ ਹੈ ਬੱਕਰਾ ਨਵਾਂ ਫਸਾਇਆ ਜੋ ਨੀ ਕਿਸ ਤੇ ਉਸਨੇ ਦਿੱਤਾ ਲੱਗਦਾ ਹੈ ਨਿਕਲਸ ਪਾਇਆ ਜੋ ਆਈਫੋਨ ਤੇਰਾ ਨਾਲੇ ਤੇਰਾ 3G ਤੂੰ ਸ਼ਨੀਵਾਰ ਨੂੰ ਉਹ ਕਰਦੀ ਹੈ ਯਾਰ ਦੇਖਾ ਤੇਰੀ ਹਰ ਇੱਕ ਚੋਰੀ ਨੂੰ ਮੰਨ ਲੈਨੇ ਆ ਸੱਚ ਦੀ ਝੂਠੀ ਘੜੀ ਸਟੋਰੀ ਨੂੰ ਉਹ ਜੱਟ ਦੇ ਪੁੱਤ ਨੂੰ ਫੂਲ ਬਣਾਉਂ ਇੰਨਾ ਵੀ ਨੀ ਈਜ਼ੀ ਨੀ ਤੂੰ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਜ਼ਿਆਦਾ ਅੱਗੇ ਸੋ ਉੱਥੇ ਸਪੋਰਟ ਕਰੋ ਹਰ ਇੱਕ ਕਲਾਕਾਰ ਨੂੰ ਤੁਹਾਡੇ ਸਾਥ ਹੀ ਰਹਿਣਾ ਤੁਹਾਡੇ ਸਾਥ ਮਿਲਣਾ ਕੁਛ ਨਹੀਂ ਹੁੰਦਾ ਸੀਗਾ ਸੋ ਥੈਂਕ ਯੂ ਸੋ ਮੱਚ ਤੁਸੀਂ ਸੁਣਿਆ ਭਵਿਸ਼ ਵਾਲੀ ਸਾਡਾ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਲੱਕ ਔਰ ਬੈਸਟ ਵਿਸ਼ਸ ਥੈਂਕ ਯੂ ਥੈਂਕ ਯੂ ਸੋ ਮੱਚ ਇੱਕ ਹੋਰ ਜ਼ੋਰਦਾਰ ਤਾੜੀਆਂ ਜੀ ਇਹ ਸੀ ਗੁਰਨਾਮ ਭੁੱਲਰ ਥੈਂਕ ਯੂ ਸੋ ਮੱਚ ਤਾੜੀਆਂ ਖਿੱਚ ਕੇ ਲਾਇਆ ਕਰੋ ਕਹਿੰਦੇ ਕਿਸੇ ਵੀ ਕਲਾਕਾਰ ਨੂੰ ਸਿਰਫ ਤੇ ਸਿਰਫ ਥੋੜੀ ਤਾੜੀਆਂ ਦੀ ਲੋੜ ਹੁੰਦੀ ਨੇ ਸੋ ਅਗਰ ਤੁਸੀਂ ਸਾਰੇ ਇੰਜੋਏ ਕਰ ਰਹੇ ਹੋ ਐਂਟਰਟੇਨ ਹੋ ਰਹੇ ਹੋ ਤਾਂ ਆਪਣੇ ਵਾਸਤੇ ਤਾੜੀਆਂ ਲਾ ਦਿਓ ਹਾਂਜੀ ਚੰਡੀਗੜ੍ਹ ਸੋ ਹੁਣ ਅਗਲੇ ਕਲਾਕਾਰ ਨੂੰ ਬੁਲਾਉਣ ਤੋਂ ਪਹਿਲਾਂ ਮੈਂ ਚਾਹਾਂਗਾ ਅਸੀਂ ਪਰ ਫੇਰ ਤੋਂ ਰਿਮਾਈਂਡ ਕਰ ਲਈਏ ਵੀ ਆਪਾਂ ਸਾਰੇ ਇੱਥੇ ਸਾਡੇ ਸੀਐਮ ਸਾਹਿਬ ਦੀ ਵੇਟ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਹਾਂ ਤਿਆਰ ਹੋ ਸਾਰੇ ਸੋ ਹਰਭਜਨ ਮਾਨ ਸਾਹਿਬ ਆਉਣ ਵਾਲੇ ਨੇ ਕੁਛ ਮਿੰਟਾਂ ਦੇ ਵਿੱਚ ਸੋ ਜਿੰਨੇ ਵੀ ਜਾਣੇ ਉਹਨਾਂ ਨੂੰ ਲਾਈਵ ਸੁਣਨਾ ਚਾਹੁੰਦੇ ਨੇ ਇੱਕ ਵਾਰ ਖਿੱਚ ਕੇ ਤਾੜੀ ਲਾ ਦਿਓ ਕਮਾਨ ਐਵਰੀਵਨ ਹਾਂਜੀ ਇਹ ਚੰਡੀਗੜ੍ਹ ਦੀ ਜਨਤਾ ਇੱਥੋਂ ਪਤਾ ਲੱਗਦਾ ਵੀ ਆਪਾਂ ਪੰਜਾਬੀ 뮤직 ਨੂੰ ਕਿਹੜਾ ਲਾਈਕ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਹੁਣ ਆਪਾਂ ਸਾਡੇ ਸੀਐਮ ਸਾਹਿਬ ਦਾ ਟਾਈਟਲ ਟਰੈਕ ਇੱਕ ਵਾਰ ਇਹਦੇ ਸੁਣਾਂਗੇ ਤੁਹਾਡੇ ਸਾਹਮਣੇ ਹੁਣ ਇੱਕ ਵਾਰ ਅਸੀਂ ਪਲੇ ਕਰਨ ਲੱਗੇ ਹਾਂ ਟਾਈਟਲ ਟਰੈਕ ਆਫ ਸਾਡੇ ਸੀਐਮ ਸਾਹਿਬ ਤੇ ਉਸ ਤੋਂ ਬਾਅਦ ਅਗਲੇ ਕਲਾਕਾਰ ਸਾਡੇ ਸੀਐਮ ਸਾਹਿਬ ਦੇ ਲੱਗੇ ਜਦੋਂ ਵੱਟ ਦੇਣ ਦੇ ਤੇ ਪੈਰੀ ਭੱਜਦੇ ਫਿਰਦੇ
ਸਭ ਤੋਂ ਤੇਜ਼ ਜ਼ਰੂਰ ਦੌੜ ਸਕਦਾ ਪਰ ਅਸੀਂ ਇਸ ਤੋਂ ਜ਼ਿਆਦਾ ਦੂਰ ਤੱਕ ਦੌੜ ਸਕਦੇ। ਚਾਹੇ ਉਹ ਦਿਲ ਦਾ ਚੋਰ ਹੁੰਦਾ
ਮੂਵੀ ਦੀ ਰਿਕੁਐਸਟ ਕਰਨਾ ਆਇਆ ਸੀ ਕਿ ਜ਼ਰੂਰ ਦੇਖਣੀ ਹੈ, ਕਿਉਂਕਿ ਚੰਗੇ ਕੋਨਸੈਪਟ ਆ, ਜਿਹੜੇ ਚੰਗੇ ਪ੍ਰੋਜੈਕਟ ਆ ਉਹਨੂੰ ਸਪੋਰਟ ਕਰਨਾ ਬਣਦਾ, ਨਹੀਂ ਤਾਂ ਹਾਸਾ। ਬਾਲੀਵੁੱਡ ਨੇ ਤਾਂ ਪਹਿਲੀ ਸਰਦਾਰਾਂ ਦਾ ਬਹੁਤ ਮਜ਼ਾਕ ਬਣਾਇਆ, ਪਰ ਜਿਹੜਾ ਅਸੀਂ ਹੈਗੇ ਸੀ, ਸਾਡੀ ਅਸਲੀਅਤ ਜੋ ਅਸੀਂ ਅਸਲ 'ਚ ਹੈਗੇ ਹਾਂ, ਉਹ ਚੀਜ਼ਾਂ ਵੀ ਸਾਹਮਣੇ ਆਉਣੀ ਚਾਹੀਦੀਆਂ। ਔਰ ਚੰਗੀਆਂ ਫਿਲਮਾਂ ਨੂੰ ਤੁਸੀਂ ਸਪੋਰਟ ਕਰ ਰਹੇ ਹੋ। ਅਰਦਾਸ, ਲਵ ਪੰਜਾਬ ਆਲ 1984, ਉਦਾਂ ਹੀ ਸੀ ਐਮ ਸਾਹਿਬ, ਕਿਉਂਕਿ ਇਲੈਕਸ਼ਨ ਵੀ ਹੈ ਨੇੜੇ ਹੈ ਅਗਲੇ ਸਾਲ, ਤੁਸੀਂ ਚੰਗੀਆਂ ਫਿਲਮਾਂ ਇਹਦੇ 'ਚ ਵਿੱਚ। ਮੈਂ ਬਹੁਤ ਲੱਕੀ ਹਾਂ ਆਪਣੇ ਆਪ ਨੂੰ ਸਮਝਦਾ ਕਿ ਹਰਭਜਨ ਭਾਈ ਦੇ ਨਾਲ ਜੋ ਅੱਜ ਕੱਲ੍ਹ ਸਾਡਾ ਗਾਣਾ ਚੱਲ ਰਿਹਾ ਮੂਵੀ ਦਾ ਚੁੱਪ ਕਰ ਜਾ, ਉਹ ਮੈਂ ਅਤੇ ਭਾਈ ਨੇ ਮੈਨੂੰ ਮੌਕਾ ਮਿਲਿਆ, ਭਾਈ ਨੇ ਹੌਸਲਾ ਵਧਾਇਆ ਔਰ ਇਜਾਜ਼ਤ ਦਿੱਤੀ ਨਾਲ ਗਾਣ ਦੀ, ਮੈਂ ਥੈਂਕ ਯੂ ਕਰਦਾ। ਔਰ ਆਪਾਂ 27 ਮਈ ਨੂੰ ਸਪੋਰਟ ਕਰਨੀ ਹੈ ਮੂਵੀ ਨੂੰ ਵੱਧ ਤੋਂ ਵੱਧ। ਇੱਕ ਵਾਰ ਭਾਜੀ ਦੇ ਨਾਲ ਦੇ ਹਰਭਜਨ ਭਾਈ ਦੇ ਨਾਲ ਜਿਹੜਾ ਜਿਹੜਾ ਪਿਆਰ ਕਰਦਾ ਭਾਈ, ਤਾੜੀ ਮਾਰ ਕੇ ਦੱਸ ਦਿਓ। ਔਰ ਜਿਹੜਾ ਜਿਹੜਾ ਦੇਖਣ ਜਾਊਗਾ ਤਾਂ ਵੀ ਤਾੜੀ ਮਾਰ ਕੇ ਦੱਸ ਦਿਓ ਕਿ ਦੇਖਣ ਜਾਊਗੇ, ਨਹੀਂ ਤਾਂ ਫਿਰ ਕੌਮੇਡੀ ਤਾਂ ਬਣਦੀ ਹੋਈ ਹੈ, ਉਹ ਤਾਂ ਫਿਰ ਪ੍ਰੋਡਿਊਸਰ ਔਰ ਐਕਟਰ ਤਾਂ ਕਰਨਗੇ, ਪਰ ਜੋ ਸੱਚ ਆ ਉਹ ਦਾਦੀ ਦਾ ਮੂੰਹ ਇੱਕ ਪਾਸੇ ਤੇ ਦੁਨੀਆ ਦੇ ਮੂੰਹ ਦੋ ਪਾਸੇ ਤੇ ਦੁਨੀਆ ਦੇ ਮੂੰਹ ਦੋ, ਪਲ ਵਿੱਚ ਇੱਧਰ ਪਲ ਵਿੱਚ ਉੱਧਰ ਪਲ ਵਿੱਚ ਜਾਂਦੀ ਹੋ ਉੱਧਰ ਪਲ ਵਿੱਚ ਜਾਂਦੀ ਹੋ, ਜਿੰਦ ਨਿਮਾਣੀ ਫਸੀ ਵਿਚਾਲੇ ਕਿੱਧਰ ਲਵਾਂ ਲੱਗੋ, ਕਦੇ ਕਾਂਗਰਸੀ ਕਦੇ ਅਕਾਲੀ ਕਦੇ ਆਮ ਆਦਮੀ ਆ ਗਿਆ ਏ, ਉਹ ਮੌਕਾ ਦੇ ਕੇ ਕਹਿੰਦੇ ਮਨਪ੍ਰੀਤ ਵੀ ਆ ਗਿਆ ਆ ਗਿਆ ਆ ਗਿਆ ਏ, ਦਾਦੀ ਦਾ ਮੂੰਹ ਇੱਕ ਪਾਸੇ ਤੇ ਦੁਨੀਆ ਦੇ ਮੂੰਹ ਦੋ, ਪਲ ਵਿੱਚ ਇੱਧਰ ਪਲ ਵਿੱਚ ਉੱਧਰ ਪਲ ਵਿੱਚ ਜਾਂਦੀ ਹੋ ਮੂੰਹ ਵਿੱਚ ਨਾ ਨਿਕਲੀ ਹਸੀਨਾ ਘਰੋਂ ਲਾ ਕੇ ਸ਼ਿੰਗਾਰ, ਅੱਗੇ ਖੜਾ ਸੀ ਸ਼ੌਕੀਨ ਮੁੰਡਾ ਹੋ ਕੇ ਤਿਆਰ, ਐਵੇਂ ਕੁੜੀ ਨੇ ਕੀ ਮੁੰਡੇ ਤੇ ਧਿਆਨ ਪਾ ਲਿਆ, ਉਹਨੇ ਚੱਕ ਕੇ ਬੋਲਤੀ ਉਹਦੇ ਪਿੱਛੇ ਲਾ ਲਿਆ, ਉਹ ਕੁੜੀ ਸੋਚੇ ਮੁੰਡੇ ਨੇ ਤਾਂ ਹੱਦ ਕਰਤੀ, ਉਹਨੇ ਇੱਕ ਦੀਵਾ ਥੋੜੀ ਤੇਜ ਕਰ ਲਈ, ਅੱਗੋਂ ਮੁੰਡਾ ਸੀ ਜਗਾੜੀ ਉਹਨੇ ਟਾਈਮ ਫੜਿਆ, ਅਗਲੇ ਹੀ ਦਿਨ ਉਸੇ ਮੋੜ ਖੜਿਆ, ਉਹ ਕੁੜੀ ਫੇਰ ਜਦੋਂ ਆਈ ਯਾਰ ਹੋ ਕੇ ਤਿਆ, ਮੁੰਡੇ ਟਾਈਮ ਨਹੀਂ ਉਲਾਇਆ ਪਰ ਪੋਸ ਦਵਾ, ਕੁੜੀ ਬਦਤਮੀਜ ਕਹਿ ਕੇ ਯਾਰੋ ਅੱਗੇ ਲੰਘ ਗਈ, ਫਿਰ ਮੁੰਡਾ ਕਿਹੜਾ ਘੱਟੂ ਉਹਨੇ ਹੋਰ ਲੱਭ ਲਈ, ਉਹ ਸਾਨੂੰ ਤੌਲ ਚ ਇਨਸਾਫ ਮਨਾ ਕਰਦਾ ਤੁਹਾਨੂੰ ਭੁਲਦੇ ਪਜਾਮੇ ਮੋਣੇ ਪੈ,
ਵੱਡੇ ਵੱਡੇ ਮੌਲ ਸਾਡੇ ਕੰਮ ਸਾਡੇ ਭਾਅ ਚ ਮਸਈ ਆਇਆ। ਉਹ ਗੱਲ ਵੱਖਰੀ ਆ ਕਿ ਕੁੜਤੇ ਪਿਆਵੇ ਮਹਿੰਗੇ ਹੋ ਗਏ, ਪਰ ਕਹਿੰਦਾ ਘਰੋਂ ਫੀਸਾਂ ਆਉਂਦੀਆਂ ਨੇ ਉਡਾ ਕੇ ਫੱਟੀਆਂ ਯਾਰਾਂ ਤੋਂ ਮੰਗੀਆਂ। ਯਾਰ ਉਹ ਪੱਟ ਤਾਂ ਬਰੈਂਡਾਂ ਨੇ, ਜੇਬਾਂ ਨੇ ਖਾਲੀ ਤੇ ਆ ਗਈਆਂ ਤੰਗੀਆਂ। ਇੱਕ ਸ਼ੂਜ਼ ਪਰਾਡਾ ਦੇ ਨਾਲ ਨੇ ਸੂਟ ਗੁੱਚੀ ਦੇ ਕਾਲੇ, ਪਾ ਜੈਕਟ ਸੀ ਖੇਦੀ ਫਿਰ ਰਖਵਾਉਣ ਬਰੈਂਡਡ ਬਾਰੇ। ਕੋਈ ਅੰਦਰੋਂ ਕੀ ਜਾਣੇ ਉੱਪਰੋਂ ਦੱਸਣ ਹਾਲਤਾਂ ਚੰਗੀਆਂ। ਯਾਰ ਉਹ ਪੱਟ ਤਾਂ ਬਰੈਂਡਾਂ ਨੇ, ਜੇਬਾਂ ਨੇ ਖਾਲੀ ਆ ਗਈਆਂ ਤੰਗੀਆਂ। ਛੱਡ ਖੈੜਾ ਜਿਹੜੀ ਫੱਕਰਾਂ ਦਾ, ਬੀਤੇ ਵੇਲੇ ਨੂੰ ਫੇਰ ਪਛਤਾਵੇਂਗੀ ਪਛਤਾਵੇਂਗੀ। ਤੂੰ ਚੁੱਲ੍ਹੇ ਦਾ ਮੂੰਹ ਕਦੇ ਵੇਖਿਆ ਹੀ ਨਹੀਂ ਤੇ ਰੋਟੀ ਕਿੱਦਾਂ ਖਾਵੇਂਗੀ ਤੁਹਾਡੇ ਲੈਟ ਗਈ ਐਲੇਵੇਟਰ ਸਾਡੇ ਮੋਹਬੱਤੀ ਜਗਦੀ ਏ ਮੋਹਬੱਤੀ ਜਗਦੀ ਏ ਤੇਰੀ ਜ਼ਿੰਦਗੀ ਏ ਸੀ ਨਾਲ ਜੁੜੀ ਤੈਨੂੰ ਕੀ ਪਤਾ ਭਾਦੋਂ ਕਿੱਦਾਂ ਦੱਬਦੀ ਏ। ਉਹ ਸਾਡੇ ਹਾਲ ਚੱਲਦੇ ਉੱਥੇ ਨੀ ਜਿੱਥੇ ਤੱਤੀ ਲੋ ਨਿੱਤ ਵਗਦੀ। ਤੂੰ ਪਾਣੀ ਪੀਂਦੀ ਫਿਲਟਰ ਦਾ, ਅੱਜ ਕੱਲ੍ਹ ਤਾਂ ਬੋਤਲਾਂ ਵੀ ਬਿਸਲੇਰੇ ਦੀਆਂ ਛੋਟੀਆਂ ਕਰਦੀਆਂ, ਜਿੱਡੇ ਕੁ ਕੱਦ ਹੋ ਗਏ ਉਡੀਆਂ ਕੁ ਬੋਤਲਾਂ ਹੋ ਗਈਆਂ। ਪਹਿਲਾਂ ਕੱਦ ਵੱਡੇ ਸੀ, ਘੜੇ ਵੀ ਵੱਡੇ ਸੀ, ਫਿਰ ਬੋਤਲ ਹੋ ਗਈ, ਹੁਣ ਇੰਨੀ ਕੁ ਰਹਿ ਗਈ। ਇਹ ਤੋਂ ਬਾਅਦ ਤਾਂ ਫਿਰ ਚੂੜੀਆਂ 'ਚ ਹੀ ਪਾਣੀ ਪਿਓਗੇ, ਚੂੜੀਆਂ ਦਾ ਕੰਮ ਆ ਜਾਣਾ। ਹੁਣ ਫਿਰ ਕਹਿੰਦੇ ਸੱਭਿਆਚਾਰ ਨੇ, ਕਹਿੰਦੇ ਹੁਣ ਚੂੜੀਆਂ ਦਾ ਪਤਾ ਨਹੀਂ ਹੋਣਾ ਤੇ ਬੰਦੇ ਨੂੰ ਚੂੜੀ ਹੁੰਦੀ ਕੀ ਹੈ। ਤੂੰ ਪਾਣੀ ਪੀਂਦੀ ਫਿਲਟਰ ਦਾ ਨੀ, ਅਸੀਂ ਪਾਣੀ ਪੀਂਦੇ ਖੇੜਾਂ ਚੋਂ ਦੇ ਖੇੜਾਂ ਚੋਂ। ਤੂੰ ਜੰਮੀ ਵਿੱਚ ਆਜ਼ਾਦੀ ਦੇ, ਅਸੀਂ ਹਾਲੇ ਨੀ ਨਿਕਲੇ ਜੇਲਾਂ ਚੋਂ। ਤੇਰੇ ਬੈਂਕਾਂ ਦੇ ਵਿੱਚ ਨੋਟ ਪਏ, ਮੇਰੇ ਸਿਰ ਚੜਿਆ ਕਰ ਜਾਏ ਤੂੰ ਦੌਲਤ ਦੇ ਵਿੱਚ ਬਹੁਤ ਵੱਡੀ, ਮੇਰਾ ਤਾਂ ਨੀਵਾਂ ਦਰ ਜਾਏ। ਤੇਰੇ ਘਰ ਵਿੱਚ ਦੋ ਦੋ ਅਸਲੇ ਨੇ, ਇੱਕ ਪਿਸਟਲ ਇੱਕ ਦੁਨਾਲੀ ਨੀ। ਅੱਜ ਕੱਲ ਇਹ ਬਹੁਤ ਰਿਵਾਜ ਚੱਲਿਆ ਹਥਿਆਰਾਂ ਦਾ, ਕਲਾਕਾਰਾਂ ਦਾ ਵੀ ਥੋੜਾ ਜਿਹਾ ਕਸੂਰ ਆ। ਇੱਥੇ ਮੈਂ ਦੇਖਦਾ ਹਰੇਕ ਕਾਲਜ ਯੂਨੀਵਰਸਿਟੀ ਦੇ ਵਿੱਚ ਪਾਰਟੀਆਂ ਬਣੀਆਂ, ਪਰਚੇ ਥੱਲੇ ਨੰਬਰ ਲਿਖਿਆ ਹੁੰਦਾ 4-0 ਜਾਂ 3-0 ਵਾਲਾ, ਪਹਿਲਾਂ VVIP ਨੰਬਰ। ਉਹ ਲਿਖਿਆ ਨੰਬਰ ਤਾਂ ਲਿਖਿਆ ਹੁੰਦਾ ਵੀ ਚੱਲ ਕੋਈ ਕੁੜੀ ਫੋਨ ਕਰ ਲੂ ਵੀ ਮੁੰਡਾ ਖੁਰਦਾਨ। ਔਰ ਲੜਾਈਆਂ ਹੁੰਦੀਆਂ ਕੁੜੀਆਂ ਪਿੱਛੇ, ਉਹ ਪਟੂ ਕੋਈ ਕੰਮ ਏਦਾਂ ਦਾ ਕਰ ਜਾਓ ਕਿ ਕੁੜੀਆਂ ਤੁਹਾਡੇ ਪਿੱਛੇ ਲੜਨ। ਕੁੜੀਆਂ ਪਿੱਛੇ ਕਿਉਂ ਲੜਦੇ? ਜੇ ਬੰਦੇ 'ਚ ਕੰਮ ਚੱਜਦਾ ਤਾਂ ਕੁੜੀਆਂ ਮਗਰ ਫਿਰਨਗੀਆਂ, ਕਿਉਂਕਿ ਚੰਗਾ ਵਰ ਹਰੇਕ ਘਰ ਵਾਲੇ ਨੂੰ ਆਪਣੀ ਧੀ ਨਹੀਂ ਚਾਹੀਦਾ। ਚੰਗੇ ਵਰ ਚੰਗੇ ਬਣ ਜਾਓ ਕੋਈ ਘਾਟਾ ਨਹੀਂ, ਚੰਗੇ ਨਹੀਂ ਬਣ ਜਾਓਗੇ ਜਿੰਨਾ ਮਰਜ਼ੀ ਵਿਖਾਵਾ ਕਰ ਲਓ ਐਂਡ ਤੇ। CM ਸਾਹਿਬ 27 ਮਈ, ਤੇਰੇ ਘਰ ਵਿੱਚ ਦੋ ਦੋ ਅਸਲੇ ਨੇ, ਇੱਕ ਪਿਸਟਲ ਇੱਕ ਦੁਨਾਲੀ ਨੀ। ਜੱਟ ਨੂੰ ਤਾਂ ਜਾਨੋ ਪਿਆਰੇ ਨੇ, ਇੱਕ ਹਲ ਤੇ ਇੱਕ ਪੰਜਾਲੀ ਨੀ। ਸਾਡੀ ਜ਼ਿੰਦਗੀ ਔੜਾ ਮਾਰੀਏ, ਜਿਉਂ ਮਾਰੂ ਥਲ ਦੀ ਬੂਟੀ ਨੀ। ਤੂੰ ਮਾਲਕ ਆਪਣੀ ਮਰਜ਼ੀ ਦੀ, ਫਿਰ ਹੋ ਜਾਏਗੀ ਮਜਬੂਰ ਕੁੜੇ। ਉਹ ਜਦ ਦੇਸੀ ਜੱਟ ਕੋਲ ਹੋਇਆ, ਤੇਰੇ ਆਪਣੇ ਹੋਣੇ ਦੂਰ ਕੁੜੇ। ਉਹ ਗੱਲ ਵੱਖਰੀ ਹੈ ਵੀ ਅੱਜ ਕੱਲ੍ਹ ਜੱਟ ਥੋੜੇ ਜਿਹੇ ਖੇਤੀ ਵੀ ਪੜ੍ਹੇ ਲਿਖੇ ਢੰਗ ਨਾਲ ਕਰਨ ਲੱਗ ਗਏ, ਗ੍ਰੈਜੂਏਟ ਐਜੂਕੇਟਡ ਹੋ ਗਏ ਕਿਸਾਨ, ਪਰ ਜੈਲ ਲਾਉਣੀ ਔਰ ਵੈਕਸ ਲਾਉਣੀ ਨਹੀਂ ਜਾਣਦੇ। ਉਹ ਗੱਲ ਬਾਰੇ ਤੂੰ ਮਾਲਕ ਆਪਣੀ ਮਰਜ਼ੀ ਦੀ, ਫਿਰ ਹੋ ਜਾਏਗੀ ਮਜਬੂਰ ਕੁੜੇ। ਜਦ ਦੇਸੀ ਜੱਟ ਕੋਲ ਹੋਇਆ, ਤੇਰੇ ਆਪਣੇ ਹੋਣੇ ਦੂਰ ਕੁੜੇ। ਤੇਰੀ ਮੇਰੀ ਕੁੰਡਲੀ ਨਾ ਆਪਸ ਦੇ ਵਿੱਚ ਢੁਕਦੀ ਏ, ਆਪਣੇ ਵਿੱਚ ਫਰਕ ਬਹੁਤ ਵੱਡਾ, ਗੱਲ ਸਾਰੀ ਇੱਥੇ ਮੁੱਕਦੀ। ਆਪਾਂ
ਮਾੜੀ ਮੋਟੀ ਗੱਲ ਨਹੀਂ ਕਿਸੇ ਦੀ Oh,
ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਹੁਣ ਆਲਰੇਡੀ ਟਾਈਮ ਕਾਫੀ ਹੋ ਗਿਆ ਅਤੇ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਗੋਰੇ ਰੰਗ ਵਾਲੀ ਯਾਰ ਤੁਹਾਡਾ ਛੱਡ ਗਈ ਸੀ, ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ, ਕੁੜੀ ਲੱਭਣੀਆਂ ਸਾਂਵਲੇ ਚ ਰੰਗ ਦੀ, ਲੱਭਣੀਆਂ ਸਾਂਵਲੇ ਚ ਰੰਗ ਦੀ, ਖਿਆਲ ਰੱਖੂ ਤੁਹਾਡੇ ਯਾਰ ਜੋ ਮਲੰਗਦਾ, ਜੋ ਮਲੰਗਦਾ ਗੋਰੇ ਰੰਗ ਵਾਲੀ ਯਾਰ ਤੁਹਾਡਾ ਛੱਡ ਗਈ ਕੀਤੀਆਂ।
ਬਹੁਤ
ਬਹੁਤ ਸ਼ੁਕਰੀਆ। ਸੋ ਗੁਰਪ੍ਰੀਤ ਕੋਗੀ ਜੀ ਔਰ ਦੇਵ ਸਿੰਘ ਗਿੱਲ ਜੋ ਕਿ ਆਲਰੇਡੀ ਸਾਊਥ ਮੂਵੀ 'ਚ ਕੰਮ ਕਰ ਚੁੱਕੇ ਨੇ, ਸੋ ਪਹਿਲੀ ਪੰਜਾਬੀ ਮੂਵੀ ਦੇ ਵਿੱਚ ਕੰਮ ਕਰ ਰਹੇ ਨੇ ਔਰ ਬਹੁਤ ਵਧੀਆ ਕਲਾਕਾਰ ਦੇਵ ਸਿੰਘ ਗਿੱਲ ਵੀ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ, ਉਹ ਵੀ ਹੁਣੇ ਸਟੇਜ ਦੇ ਉੱਤੇ ਹੋਣਗੇ। ਸੋ ਉਹਨਾਂ ਤੋਂ ਪਹਿਲਾਂ ਮੈਂ ਅਗਲੀ ਆਵਾਜ਼ ਨੂੰ ਤੁਹਾਡੇ ਰੂਬਰੂ ਕਰ ਰਿਹਾ ਜ਼ੋਰਦਾਰ ਤਾੜੀਆਂ ਦੇ ਨਾਲ ਮਰੀ ਔਜਲਾ। ਬਹੁਤ ਜਲਦ ਤੁਹਾਡੀ ਨਜ਼ਰ ਹੋ ਰਹੀ ਹੈ ਅਤੇ ਮੈਂ ਇਸ ਕਰਕੇ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਜੇ ਅੱਜ ਮਨੀ ਔਜਲਾ ਕਿਤੇ ਐਗਜਿਸਟ ਕਰਦਾ ਜਾਂ ਮਨੀ ਔਜਲਾ ਅੱਜ ਗਾਉਂਦਾ ਉਹਦੇ ਪਿੱਛੇ ਹਰਭਜਨ ਮਾਨ ਸਾਹਿਬ ਨੇ ਇੱਕ ਵਾਰੀ ਉਹਨਾਂ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ, ਬੜੀ ਮਿਹਰਬਾਨੀ। ਕਿਉਂਕਿ ਮੈਨੂੰ ਗਾਉਣ ਅਤੇ ਆਪਣੇ ਨਾਲ ਸਟੇਜਾਂ 'ਤੇ ਲਿਜਾ ਕੇ ਮਾਨ ਸਾਹਿਬ ਨੇ ਸ਼ੁਰੂ ਕਰਵਾਇਆ। ਸੋ ਗਾਣਾ ਸ਼ੁਰੂ ਕਰਦੇ ਹਾਂ। ਯਕੀਨ ਜਟਨਾ ਵੇ ਆਈ ਲੱਗਦੀ ਫਿਰ ਫਸਲਾਂ ਦੇ ਨਾ ਪੁੱਛਦੀ ਹੋ ਗੋਰੀ ਲੰਡਨ ਤੋਂ ਆਈ ਲੱਗਦੀ
ਪੈਸੇ ਨਹੀਂ ਫੇਰ ਆਉਣ ਦੇ ਲਵ ਯੂ ਸੂਟ ਨਾਲ ਦੀ ਦੁਪੱਟੇ ਤੇ ਕੀਤੀ ਰੀਜਨਾ ਕੜਾਈ ਲੱਗਦੀ ਉਹ ਅੱਖ ਦਿਲੀਆਂ ਚ ਕਾਣਾ ਕੱਜਣਾ ਤਾੜੀਆਂ ਇਸ ਤਰ੍ਹਾਂ ਲਾਇਆ ਕਰੋ ਕਿ ਤੁਸੀਂ ਆਪ ਜੇਕਰ ਸਟੇਜ 'ਤੇ ਜਾਓ ਤੁਹਾਨੂੰ ਵੀ ਤਾੜੀਆਂ ਦੀ ਲੋੜ ਪਵੇ ਸੋ ਜ਼ੋਰਦਾਰ ਤਾੜੀਆਂ ਵਨਸ ਅਗੇਨ ਪਲੀਜ਼ ਵੈਲਕਮ ਗੋਲ ਕਾਰਡਸ ਔਨ ਦ ਸਟੇਜ।
Yeah.
ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਮਨਜੀਤ ਸਿੰਘ ਗਿੱਲ ਤੇ ਮੇਰਾ ਛੋਟਾ ਵੀਰ ਸੁਖਜੀਤ ਸਿੰਘ ਗਿੱਲ, ਅਸੀਂ ਗੋਲਖਾਸ ਹਾਂ, ਮਲੇਸ਼ੀਆ ਤੋਂ ਆਏ। ਖਾਸ ਕਰਕੇ ਸਾਡੀ ਸੀਐਨ ਸਾਹਿਬ ਫਿਲਮ ਦੀ ਪ੍ਰੋਮੋਸ਼ਨ ਲਈ ਅਸੀਂ ਆਏ ਹਾਂ। ਦੋਸਤੋ, 27th of May ਨੂੰ ਇਸ ਸ਼ੁੱਕਰਵਾਰ ਨੂੰ ਜ਼ਰੂਰ ਚੇਤੇ ਨਾਲ ਸਾਰਿਆਂ ਨੇ ਫੈਮਿਲੀ ਫਰੈਂਡਸ ਸਿਨੇਮਾ ਨੂੰ ਜਾ ਕੇ ਇਸ ਫਿਲਮ ਨੂੰ ਜ਼ਰੂਰ ਦੇਖਣਾ ਅਤੇ ਪੂਰਾ ਸਪੋਰਟ ਦੇਣਾ। ਅਸੀਂ ਇਸ ਫਿਲਮ ਲਈ 2 tracks ਪ੍ਰੋਡਿਊਸ ਕੀਤੇ, 2 tracks ਫੋਰ ਇਸ ਫਿਲਮ। ਪਹਿਲਾ ਗਾਣਾ ਹੈ ਚੁੱਪ ਨਾ ਜਾ ਅਤੇ ਦੂਸਰਾ ਗਾਣਾ ਹੈ ਸ਼ੇਰਾਂ ਦਾ ਰਾਜ, ਜਿਹਦਾ ਰਿਲੀਜ਼ ਫਸਟ ਟਾਈਮ ਪਰਫੋਰਮੈਂਸ ਇੱਥੇ ਹੋਣਾ ਹੈ ਚੰਡੀਗੜ੍ਹ ਦੇ ਵਿੱਚ। ਇਸ ਗਾਣੇ ਦੇ ਵਿੱਚ ਜਿਹੜਾ ਸਟਾਰ ਹੀਰੋ ਹੈ ਦੇਵਗਿੱਲ, ਦੇਵਗਿੱਲ ਵੀ ਨੂੰ ਪਲੀਜ਼ ਕਮ ਅਪ ਔਨ ਸਟੇਜ। ਓਕੇ, ਹਾਂਜੀ, ਫਿਰ ਸੌਂਗ ਸ਼ੁਰੂ ਕਰ ਲਓ। ਪਹਿਲਾਂ ਤੁਸੀਂ ਦੇਖੋ ਜਿਹੜਾ ਟ੍ਰੇਨ ਆ ਜ਼ੋਰ ਦੀ ਗੱਲ ਕਰਦੇ, ਜ਼ੋਰ ਦੀ ਗੱਲ ਕਰੋ,
ਕਿਹਨੇ ਕਿਹਨੇ ਦੇਖਿਆ ਮੈਂ ਉਹਨਾਂ ਦੇ ਨਾਲ ਨੱਚੂੰਗਾ ਮੋਬਾਈਲ ਅੱਗੇ ਹੱਥ ਉੱਤੇ ਕਰੋ ਮੈਂ ਆ ਰਿਹਾ ਇਹ ਲਾਈਟ ਬੰਦ ਕਰੋ ਯਾਰ ਦਿਖਾਈ ਨਹੀਂ ਦੇ ਰਹੇ ਇਹ ਲਾਈਟ ਪਲੀਜ਼ ਜਿਹਨੇ ਵੀ ਮੋਬਾਈਲ ਤੇ ਮੇਰਾ ਗਾਣਾ ਦੇਖਿਆ ਪਲੀਜ਼ ਆਮ ਕਮਿੰਗ ਦੇਰ ਮੈਂ ਉੱਥੇ ਆ ਰਿਹਾ ਭਾਜੀ ਸਾਡੇ ਪ੍ਰੋਡਿਊਸਰ ਨੇ ਸਾਨੂੰ ਬਹੁਤ ਨਚਾਇਆ ਭਾਜੀ ਇੱਕ ਛੋਟੀ ਰਿਕੁਐਸਟ ਹੈ ਤੁਸੀਂ ਸਾਰੇ ਖੜੇ ਹੋ ਜਾਓ ਸਾਡੇ ਨਾਲ ਡਾਂਸ ਕਰੋ ਭਾਜੀ ਪਲੀਜ਼ ਅਗਰ ਤੁਸੀਂ ਸਾਰਿਆਂ ਨੂੰ ਸਾਡਾ ਗਾਣਾ ਅੱਛਾ ਲੱਗਿਆ ਪਲੀਜ਼ ਸਟੈਂਡ ਅਪ ਐਂਡ ਡਾਂਸ ਮੈਡਮ ਤੁਸੀਂ ਵੀ ਸਾਰੇ ਇੱਕ ਸਾਰਾ ਲਵ ਯੂ ਆਲ ਜੋ ਜੋ ਖੜੇ ਹੈਗੇ ਆਈ ਲਵ ਯੂ ਆਲ ਥੈਂਕ ਯੂ ਫੋਰ ਦਾ ਲਵ ਜੋਰਦੀ ਜੋਰਦੀ ਆਈ ਵਾਂਟ ਟੂ ਹੀਅਰ ਯੂ ਸ਼ੇਰਾਂ ਦਾ ਰਾਜ ਸ਼ੇਰਾਂ ਦਾ ਰਾਜ ਸ਼ੇਰਾਂ ਦਾ ਰਾਜ ਸ਼ੌਕ ਸ਼ੇਰਾਂ ਦਾ ਰਾਜ ਸ਼ੌਕ 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 ਜਿਹਨੇ ਜਿਹਨੇ ਵੀ ਯੂਟਿਊਬ ਤੇ ਗਾਣਾ ਦੇਖਿਆ ਪਲੀਜ਼ ਹੱਥ ਉੱਤੇ ਕਰੋ ਆਈ ਐਮ ਕਮਿੰਗ ਦੇਰ ਯਾਰ ਤੁਸੀਂ ਇੱਥੇ ਆ ਜਾਓ ਸਟੇਜ ਤੇ ਆਓ ਮੇਰੇ ਕੋਲ ਪਲੀਜ਼ ਕਮ ਯਾਰ ਮੇਰੇ ਕੋਲ ਕਮ ਕਮ ਆਹ ਬਸ ਹਾਂਜੀ ਜਿਹਨੇ ਪੰਜਾਬੀ ਨੇ ਸ਼ੇਰ ਨੇ ਆਜ ਜਿਹੜੇ ਸ਼ੇਰ ਕਹਾਉਂਦੇ ਨੇ ਆ ਜਾਓ ਜੀ ਸ਼ੇਰਾਂ ਦਾ ਰਾਜ ਲੈ ਕੇ ਕਮਾਨ ਚੰਡੀਗੜ੍ਹ ਆਪਣੀ ਪੰਜਾਬੀਅਤ ਤੇ ਆਪਣੀ ਸ਼ੇਰਗਰੀ ਇੱਥੇ ਆ ਕੇ ਦਿਖਾਓ ਕਿਉਂਕਿ ਗੱਲ ਆ ਰਹੀ ਹੈ ਵਿਦ ਅਸ ਐਂਡ ਹੀ ਵਿਲ ਡਾਂਸ ਵਿਦ ਸੁਪਰ ਫੈਨ ਆਫ ਯੂ ਸਾਇਨ ਜਲਦੀ ਆਓ ਜਲਦੀ ਜਿਹੜੇ ਵੀ ਸੁਪਰ ਫੈਨ ਨੇ ਆ ਜਾਓ ਜੀ ਇੱਕ ਹੰਬਲ ਰਿਕੁਐਸਟ ਹੈ ਸਰ ਇੱਕ ਸ਼ੇਰ ਆ ਗਿਆ ਸਾਰੇ ਜੋ ਇੱਥੇ ਬੈਠੇ ਹੈ ਤੁਹਾਨੂੰ ਗਾਣਾ ਅੱਛਾ ਲੱਗਿਆ ਜੋਰ ਦੀ ਬੋਲੋ ਸੱਚੀ ਪਲੀਜ਼ ਖੜੇ ਹੋ ਜਾਓ ਮੇਰੇ ਨਾਲ ਡਾਂਸ ਕਰੋ ਸਾਰੇ ਥੈਂਕ ਯੂ ਚੇਅਰ ਤੇ ਖੜੇ ਹੋ ਜਾਓ ਪਲੀਜ਼ ਸਾਰੇ ਸਾਰੇ ਸ਼ੌਕ ਸਾਰੇ ਓਕੇ ਹਾਂਜੀ ਸੁਪਰ ਮੈਨੂੰ ਦਿਖਾਓ ਪਹਿਲਾਂ ਗਾਣਾ ਸ਼ੇਰਾਂ ਦਾ ਰਾਜ ਯੂਟਿਊਬ ਤੇ ਦਿਖਾਓ ਗਾਣਾ ਪਲੀਜ਼ ਮੈਂ ਸਾਰਿਆਂ ਨਾਲ ਨੱਚੂੰਗਾ ਥੈਂਕ ਯੂ ਲੋਟ ਆਫ ਰਿਸਪੈਕਟ ਐਂਡ ਲਵ ਫਾਰ ਯੂ ਗਾਈਜ਼ You know, I haven't seen such beautiful crowd. Inna sona crowd, I'm not that good in Punjabi. Tutti putti bolan da, par tusi sare inne supportive hai. Love you all! Thank you! Ji, YouTube pe Shera da Raj, please search karke hath utte karo. Main aake japhi maran wala hun. Ji ne bhi, okay, I'm coming there. Thalle jaake search karo, thalle jao search karke aao. Okay, main... Who wants to dance with me? Main uthe aunga. Okay, we are playing the song. Ek minute. Let's do this one more time. See, my producer is a very strict man, huh? Very strict. Pehla hi unhe bolya 3 minute to zyada time nahi lena. 3 minute I have to entertain my family. Yaar. So please, shout, Shera da Raj, I want to hear you, yes, yes, these are the brothers who have given the soul to me and the man who created Sumit, my producer, who is the writer of my film, Sade CM Saab, very dangerous man, Paji, uteo, Paji, uteo, please ਇਹਨੂੰ ਬੋਲੋ ਸਟ੍ਰਿਕਟ ਨਾ ਰਹੋ ਸਾਡੇ ਨਾਲ ਹੀ ਇਜ਼ ਦ ਮੈਨ ਹੂ ਮੇਕ ਸੀਐਮ ਸਾਹਿਬ ਲਵ ਯੂ ਬ੍ਰੋ ਅਮੇਜ਼ਿੰਗ ਭਾਜੀ 3 ਮਿੰਟ ਦਿੱਤਾ ਮੈਂ 5 ਮਿੰਟ ਲੂੰਗਾ ਆਈ ਵਾਂਟ ਟੂ ਐਂਟਰਟੇਨ ਦ
ਸਾਰੇ ਭਾਜੀ ਇੱਕ ਸ਼ਹਿਰ ਤੇ ਸਭ ਨੂੰ ਐਂਟਰਟੇਨ ਕਰਨਾ ਪਏਗਾ ਪੱਟੂ ਭਾਜੀ ਫਸਟ ਤੋਂ ਪਹਿਲਾਂ ਸਭ ਤੋਂ ਪਹਿਲਾਂ ਗੋਇੰਗ ਟੂ ਡਾਂਸ ਵਿਦ ਦਿਸ ਫੈਮਿਲੀ ਜੋ ਮੇਰੇ ਵਾਸਤੇ ਇੰਨਾ ਰਿਸਪੈਕਟ ਦਿੱਤਾ ਇਹਨਾਂ ਨੇ ਔਰ ਮੇਰੇ ਵਾਸਤੇ ਖੜੇ ਹੋ ਗਏ ਸਾਰੇ ਗਿਲ ਬ੍ਰਦਰਸ ਲੈਟਸ ਗੋ ਡਾਂਸ ਵੀ ਵਿਲ ਡਾਂਸ ਵਿਦ ਯੂ ਬਟ ਭਾਜੀ ਡੋਂਟ ਫਾਲ ਔਨ ਮੀ ਪਲੀਜ਼ ਮੈਂ ਮੁੰਡਾ ਹੈਗਾ ਭਾਈ ਓਕੇ ਗਾਈਜ਼ ਆਮ ਕਮਿੰਗ ਦੇ ਗਾਈਜ਼ ਵੀ ਗੋ ਬੈਕ ਪਿੱਛੇ ਜਾਓ ਤੁਸੀਂ ਸਾਰੇ ਆਮ ਕਮਿੰਗ ਦੇ ਆਲ ਦੋਸ ਬਿਊਟੀਫੁਲ ਗਰਲਸ ਐਂਡ ਬॉयਜ਼ ਦੇ ਓ ਲਵ ਯੂ ਮੈਨ ਮੇਰੇ ਵਾਸਤੇ ਤੁਸੀਂ ਸਾਰੇ ਉੱਥੇ ਰੁਕਿਆ ਨਾ ਭਾਜੀ ਆਮ ਕਮਿੰਗ ਦੇ ਫਸਟ ਵਿਦ ਦਿਸ ਫੈਮਿਲੀ ਕਮ ਗਿਲ ਸਾਹਿਬ ਭਾਜੀ ਫੇਰ ਦੱਸੋ ਚੰਡੀਗੜ੍ਹ
ਵਾਲੇ ਬੜੀ ਤਾੜੀਆਂ ਤੇ ਹੁੱਕਾ ਕੁੱਕਾ ਐਨ ਜ਼ੋਰਦਾਰ ਹੋਣੀ ਚਾਹੀਦੀ ਨੇ ਤਾਂ ਕਿ ਸਟੇਜ ਤੇ ਬਾਜੀ ਛੇਤੀ ਆਣ ਤੇ ਗਾਣਾ ਆਪਾਂ ਫਿਰ ਪਲੇ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਸਗੋਂ ਮੇਰੀ ਤੇ ਬਾਦਸ਼ਾਹ ਤੇ ਪੰਜਾਬ ਦੀ ਜਾਨ ਗੁਰਪ੍ਰੀਤ ਕੁੱਗੀ, ਗੁਰਪ੍ਰੀਤ ਕੁੱਗੀ ਕਿਆ ਬਾਤ ਹੈ ਜੀ, ਸੁਧਾਰੀਆਂ ਨਾਲ ਖਿੱਚ ਕੇ ਕਮਾਲ Thank you, brother. God bless you. God bless you. Thank you. And I love you all. Kyunki jehdi zindagi ch pyar hi hai nahi, jinu mohabbat hi nahi mili zindagi de vich, banda kahda fir te ghoda hi hoya bhaji. So main ajj bahut is karke vi khush haan ki sada bahut pyara dost Dev Gill perform karke gaye ne hune. Nahi mainu pata mere ch ja ke bad gaye ne. Bhaji achha gall suno. ਮਲੇਸ਼ੀਆ ਤੋਂ ਮੈਂ ਕਹਿੰਦਾ ਹੁੰਦਾ ਟਰੂ ਪੰਜਾਬੀ, ਜਿਹਨਾਂ ਨੇ ਕਿਸੇ ਨੇ ਟਰੂ ਪੰਜਾਬੀ ਦੇਖਣੇ ਹੋਣ ਤੇ ਦੋ ਭਰਾਵਾਂ ਨੂੰ ਦੇਖ ਲੈਣ, ਸ਼ਕਲ ਸੂਰਤ ਔਰ ਸੀਰਤ ਤਬੀਅਤ ਨੀਅਤ ਇਹ ਹੁੰਦੇ ਨੇ ਅਸਲੀ ਪੰਜਾਬੀ। ਗੋਡ ਬਲੈਸ ਯੂ ਬ੍ਰਦਰਸ, ਗੋਡ ਬਲੈਸ ਯੂ। ਹੁਣ ਜਦ ਤੱਕ ਦੇਵ ਗਿੱਲ ਨੇ ਉੱਧਰ ਫੋਟੋਆਂ ਖਿਚਾਈ ਜਾਣੀਆਂ ਕਿੰਨੇ ਗੱਲ ਸੁਣਨੀ ਮੇਰੀ, ਇਹ ਜਾਣ ਕੇ ਮੇਰਾ ਪ੍ਰੋਗਰਾਮ ਖਰਾਬ ਕਰਨ ਗਿਆ ਉੱਧਰ। ਚੱਲ ਚੱਲ ਕਾਕੇ ਨਜ਼ਾਰੇ ਲੁੱਟ, ਮੇਰਾ ਭਰਾ ਛੋਟਾ ਬੁੱਲੇ ਲੁੱਟ ਬੁੱਲੇ, ਪਰਵਾਹ ਨਹੀਂ ਕਰਨੀ ਟੁੰਡੀ ਲਾਟ ਦੀ। ਅੱਜ ਇਹਦੇ ਨੂੰ ਜੱਫੀ ਪਾ ਕੇ ਫੋਟੋ ਲਵਾਉਣ ਡਿਆ, ਨਾਤਾ ਨਹੀਂ ਹੋ ਅੱਜ। ਅੱਛਾ ਕਿਹੜਾ ਬੈਂਚ ਰੱਖਿਆ, ਸਾਰੇ ਵਾਰੀ ਵਾਰੀ ਚੜ੍ਹਨ ਦੇ ਨੇ ਉੱਥੇ, ਨਾ ਚੁੱਕ ਅੱਗੇ ਬੱਚੇ ਚੁੱਕਣ ਵਾਲਾ ਲੱਗਣਾ ਤੂੰ। ਸੋ ਦੇਵ ਲਈ ਇੱਕ ਵਾਰੀ ਤਾਲੀਆਂ ਮਾਰ ਦਿਓ ਯਾਰ, ਵਾਟ ਅ ਮੈਨ, ਵਾਟ ਅ ਮੈਨ, ਬੜਾ ਜੁਝਾਰੂ ਦੋਸਤ ਮੇਰਾ, ਛੋਟਾ ਭਰਾ, ਦੇਖੋ ਮੋਗੇ ਦਾ ਬਿਲੋਂਗ ਕਰਨ ਵਾਲਾ ਬੰਦਾ, ਸਾਊਥ ਦੇ ਵਿੱਚ ਅੱਜ ਕੋਈ ਫਿਲਮ ਹੀ ਨਹੀਂ ਬਣਦੀ ਦੇਵ ਗਿੱਲ ਤੋਂ ਬਿਨਾਂ। ਔਰ ਮਗਧੀਰਾ ਫਿਲਮ ਜਿਹਨੇ ਨਹੀਂ ਦੇਖੀ ਇੱਕ ਵਾਰੀ ਜ਼ਰੂਰ ਵੇਖਿਓ, 50 ਵਾਰੀ ਦੇਖਣ ਵਾਲੀ ਫਿਲਮ ਹੈ ਮਗਧੀਰਾ। ਇੰਨਾ ਬਦਮਾਸ਼ ਹੈ ਨਾ, ਪਹਿਲੀ ਵਾਰੀ ਮੈਨੂੰ ਕਿਸੇ ਬਦਮਾਸ਼ 'ਤੇ ਇੰਨਾ ਪਿਆਰ ਆ ਰਿਹਾ। ਸੋ ਮੈਂ ਜਿੱਥੇ ਦੇਵ ਨੂੰ ਮੁਬਾਰਕਬਾਦ ਦਿੰਦਾ, ਉੱਥੇ ਚੰਡੀਗੜ੍ਹ ਦੇ ਲੋਕ ਕਿੰਨੇ ਲੱਕੀ ਹੈ ਜੀ, ਰੋਜ਼ ਇੱਥੇ ਕੋਈ ਨਾ ਕੋਈ ਤੁਹਾਡੇ ਲਈ ਖੂਬਸੂਰਤ ਈਵੈਂਟ ਹੁੰਦਾ। ਔਰ ਸਾਡੀ ਫਿਲਮ ਜਿਹੜੀ 27 ਮਈ ਨੂੰ ਰਿਲੀਜ਼ ਹੋ ਰਹੀ ਹੈ, ਸਾਡੇ CM ਸਾਹਿਬ ਉਹ ਸਾਰੇ ਦੇਖਣ ਜਾ ਰਹੇ ਹੋ। ਇਹ 7-8 ਬੰਦੇ ਕਹਿੰਦੇ ਹਾਂਜੀ, ਬਾਕੀਆਂ ਦਾ ਕੀ ਪਲਾਨ ਆ ਬਈ? ਹੁਣ ਸਾਰੇ ਬੋਲੇ ਠੀਕ ਹੈ। ਸੋ ਖੈਰ ਮੇਰਾ ਕੰਮ ਕਾਮੇਡੀ ਹਸਾਉਣਾ ਤੁਹਾਨੂੰ। ਹਾਸਾ ਜ਼ਿੰਦਗੀ ਦੇ ਵਿੱਚ ਕਦੋਂ ਪੈਦਾ ਹੁੰਦਾ? ਜਦੋਂ ਤੁਹਾਡੀ ਰੂਹ ਖੁਸ਼ ਹੁੰਦੀ ਹੈ, ਵਰਨਾ ਬੰਦਾ ਜੰਮਦਾ ਹੀ ਰੋਂਦਾ, ਬੱਚਾ ਜੰਮਦਾ ਹੀ ਰੋਂਦਾ। ਸੋ ਰੋਣਾ ਤੁਹਾਡੇ ਨਾਲ ਹੀ ਪੈਦਾ ਹੋ ਜਾਂਦਾ, ਪਰ ਹੱਸਣਾ ਆਪ ਪੈਂਦਾ। ਹਾਸਾ ਜ਼ਿੰਦਗੀ 'ਚ ਬੜੀ ਕੀਮਤੀ ਚੀਜ਼ ਹੈ ਯਾਰ। ਉੱਧਰ ਲਾਈਟ ਹੀ ਨਹੀਂ ਹੈਗੀ, ਮੇਰਾ ਆਈ ਕੰਟੈਕਟ ਹੀ ਨਹੀਂ ਬਣ ਰਿਹਾ ਕਿਸੇ ਨਾਲ। ਕਿੱਦਾਂ ਦੀ ਲਾਈਟਿੰਗ ਕੀਤੀ ਤੁਸੀਂ? ਅੱਖਾਂ ਨਾਲ ਤੇ ਅੱਖਾਂ ਨਾ ਮਿਲਣ ਤੇ ਉਦੋਂ ਤੱਕ ਸੱਪ ਵੀ ਡੰਗ ਨਹੀਂ ਮਾਰਦਾ ਜਦ ਤੱਕ ਨਜ਼ਰਾਂ 'ਚ ਨਜ਼ਰਾਂ ਨਾ ਪੈਣ। ਆਹ ਗੱਲ ਬਣੀ ਨਾ, ਆਪ ਦੇਖੋ ਸੋਹਣੇ ਸੋਹਣੇ ਚਿਹਰੇ, ਖੂਬਸੂਰਤ ਚਿਹਰੇ, ਹੁਣ ਕਿਸੇ ਤੋਂ ਗੱਲ ਬਣੀ। ਔਰ ਹੱਸਣ ਦੀ ਮੈਂ ਗੱਲ ਦੱਸਦਾ ਸੀ, ਹਾਸਾ ਸਹੀ ਥਾਂ ਤੇ ਸਹੀ ਹਾਸਾ ਹੋਵੇ ਤਾਂ ਫੇਰ ਹੀ ਕੰਮ ਆਉਂਦਾ। ਹਾਸਾ ਜ਼ਿੰਦਗੀ ਦੇ ਵਿੱਚ ਕਈ ਵਾਰੀ ਪੰਗੇ ਵੀ ਪਾ ਦਿੰਦਾ, ਹਾਸਾ ਜ਼ਿੰਦਗੀ ਬਦਲ ਵੀ ਦਿੰਦਾ। ਜੇ ਤਾਂ ਗੁੱਸੇ ਨਾਲ ਕਿਸੇ ਵੱਲ ਵੇਖ ਕੇ ਹੱਸੋ ਕੋਈ ਬੰਦਾ ਜਾ ਰਿਹਾ,
ਐਂ ਕਰਕੇ ਹੱਸ ਲਓ ਅਗਲੇ ਦਿਨ ਸਾਰੇ ਟੱਪਰ ਦੇ ਸਿਰ ਪਾਟੇ ਹੁੰਦੇ ਆ। ਅੱਛਾ ਜੇ ਕੋਈ ਸੋਹਣਾ ਜਿਹਾ ਮੁੰਡਾ ਸੋਹਣੀ ਜੀ ਕੁੜੀ ਇੱਕ ਦੂਜੇ ਨੂੰ ਵੇਖ ਕੇ ਹੱਸ ਪੈਣ, ਮੁੰਡੇ ਦਾ ਹਾਸਾ ਕਿੱਦਾਂ ਹੁੰਦਾ? ਤੇ ਜੇ ਕੋਈ ਕੁੜੀ ਵੀ ਏਦਾਂ ਕਰ ਦੇਵੇ ਨਾ ਤੇ ਬਸ ਫਿਰ ਦੋ ਸਾਲ ਬਾਅਦ ਦੋ ਨਿਆਣੇ ਹੁੰਦੇ ਉਹਨਾਂ ਦੇ, ਬੱਚੇ ਦੀ ਰਜਿਸਟ੍ਰੇਸ਼ਨ ਕਰਾਉਣ ਗਏ ਹੁੰਦੇ ਸਕੂਲ ਦੇ ਵਿੱਚ। ਹਾਸਾ ਵੇਖ ਲਓ ਕਿੱਦਾਂ ਪੰਗਾ ਪਾ ਦਿੰਦਾ। ਔਰ ਹੱਸਣਾ ਸਭ ਤੋਂ ਖੂਬਸੂਰਤ ਗੱਲ ਹੈ ਦੁਨੀਆਂ ਦੇ ਵਿੱਚ, ਕਿਉਂਕਿ ਇਨਸਾਨ ਹੀ ਹੈ ਜਿਹੜਾ ਹੱਸ ਸਕਦਾ। ਪਰ ਅਸੀਂ ਕਿੱਡੇ ਕਮਾਲ ਦੇ ਬੰਦੇ ਹੋ ਗਏ, ਹੱਸਣਾ ਬੰਦ ਕਰਤਾ। ਜੇ ਕੋਈ ਅੱਜ ਕੱਲ੍ਹ ਚੁਟਕਲੇ ਵੀ ਮੋਬਾਈਲ 'ਤੇ ਹੀ ਆਉਂਦੇ ਆ, ਅੱਗੇ ਅਸੀਂ ਸੁਣਾਉਂਦੇ ਹੁੰਦੇ ਸੀ, ਹੁਣ ਲਤੀਫੇ ਵੀ ਮੋਬਾਈਲ 'ਤੇ ਹੀ ਆਉਂਦੇ ਆ, ਅਤੇ ਬਹੁਤ ਸੋਹਣਾ ਚੁਟਕਲਾ ਪੜ੍ਹ ਕੇ ਅੱਗੋਂ ਹਾਸਾ ਵੀ ਮੋਬਾਈਲ 'ਤੇ ਹੀ ਜਾਂਦਾ, ਉਹ ਇੱਕ ਸਮਾਈਲੀ ਪਾ ਦਿੰਦੇ ਨੇ। ਅੱਛਾ ਕਈ ਦੇ ਪਾ ਦਿੰਦੇ, ਜੇ ਕੋਈ ਗੱਲ ਘਟੀਆ ਹੁੰਦੀ ਹੈ, ਅੱਗੇ ਕਿਸੇ ਨਾਲ ਕੋਈ ਮਾੜੀ ਗੱਲ ਹੋ ਜਾਣੀ, ਐਕਸੀਡੈਂਟ ਹੋ ਜਾਣਾ, ਲੋਕਾਂ ਨੇ ਕਿੰਨਾ ਕਹਿਣਾ ਯਾਰ ਬਹੁਤ ਬੁਰਾ ਹੋਇਆ, ਵੈਰੀ ਸੈਡ ਹੈ, ਧਿਆਨ ਰੱਖਿਓ ਆਪਣਾ। ਅੱਜ ਕੱਲ੍ਹ ਕੋਈ ਬੰਦਾ ਪੂਰੀ ਚਿੱਠੀ ਲਿਖ ਕੇ ਪਾ ਦੇਵੇ ਵੀ ਐਕਸੀਡੈਂਟ ਹੋ ਗਿਆ, ਮੇਰੀ ਲੱਤ 'ਤੇ ਪਲਸਤਰ ਲੱਗਾ, ਅਤੇ ਮੇਰੇ ਵਰਗੇ ਇੱਕੋ ਸਮਾਈਲੀ ਜੀ ਪਾ ਦਿੰਦਾ, ਉਹਦੇ 'ਚ ਹੀ ਸਾਰਾ ਅਫਸੋਸ ਹੋ ਜਾਂਦਾ। ਹੋਰ ਤੇ ਹੋਰ ਮੇਰੇ ਵਰਗਾ ਕੋਈ ਜਿੰਨੀ ਮਰਜ਼ੀ ਲੰਮੀ ਚਿੱਠੀ ਲਿਖ ਦੇਵੇ, ਹਾਸੇ ਵਾਲੀ ਗੱਲ ਲਿਖ ਦੇਵੇ, ਥੱਲੇ ਅੱਜ ਕੱਲ੍ਹ ਏਡੇ ਇਹਨਾਂ ਕੋਲ ਲਫ਼ਜ਼ ਘੱਟ ਗਏ ਨੇ, ਇੰਨਾ ਟਾਈਮ ਘੱਟ ਗਿਆ, ਥੱਲੇ ਲਿਖ ਦੇਣਗੇ ਲੋਲ ਜੀ, ਐਲ ਓ ਐਲ ਲਿਖ ਕੇ ਸਰ ਜਾਂਦਾ ਇਹਨਾਂ ਦਾ। ਕੋਈ ਕਿੱਡੀ ਵਧੀਆ ਗੱਲ ਕਰ ਦੇਵੇ, ਕਿੱਡੀ ਸੋਹਣੀ ਫੋਟੋ ਪਾ ਦੇਵੇ ਆਪਣੀ, ਉਹਦੇ ਉੱਤੇ ਵੀ ਬਸ ਇੱਕ ਐਡਾ ਹੱਥ ਜਿਹਾ ਕੱਟ ਕੇ ਭੇਜ ਦੇਣਗੇ। ਬਸ ਮੋਬਾਈਲ ਨੇ ਜ਼ਿੰਦਗੀ ਸੋਹਣੀ ਵੀ ਬੜੀ ਕਰਤੀ, ਖਰਾਬ ਵੀ ਬੜੀ ਕਰ ਦਿੱਤੀ ਮੋਬਾਈਲ ਨੇ। ਐਸੀ ਮੱਤ ਵੱਜੀ ਲੋਕਾਂ ਦੀ, ਮੋਬਾਈਲ ਚੱਕ ਕੇ ਜਿੱਥੇ ਨਹੀਂ ਵੀ ਲੈ ਕੇ ਜਾਣਾ ਉੱਥੇ ਵੀ ਲੈ ਜਾਣਗੇ। ਪਿਓ ਲੱਭਦਾ ਹੁੰਦਾ, ਯਾਰ ਮੇਰਾ ਮੋਬਾਈਲ ਨਹੀਂ ਲੱਭਣ ਡਿਆ, ਉਹ ਮੇਰਾ ਮੋਬਾਈਲ ਕਿੱਥੇ ਗਿਆ? ਅੰਦਰੋਂ ਮੁੰਡਾ ਕਹਿੰਦਾ ਪਾਪਾ ਮੇਰੇ ਪਾਸ ਹੈ, ਬਾਥਰੂਮ 'ਚ ਲੈ ਕੇ ਗਿਆ। ਬੰਦਾ ਪੁੱਛੇ ਵੀ ਇੱਥੇ ਕਿਹੜਾ ਤੂੰ ਜਬਰਾ ਸਿੱਖਣ ਡਿਆ ਮੋਬਾਈਲ 'ਤੇ? ਬਾਥਰੂਮ 'ਚ ਕੋਈ ਕੰਮ ਹੁੰਦਾ ਮੋਬਾਈਲ ਦਾ? ਵੈਸੇ ਬਾਥਰੂਮ 'ਚ ਵੀ ਮੋਬਾਈਲ ਦਾ ਕੋਈ ਕੰਮ ਹੁੰਦਾ, ਫਿਰ ਕਿਉਂ ਲੈ ਕੇ ਜਾਂਦੇ ਹੋ? ਸੋ ਕਹਿਣ ਦਾ ਮਤਲਬ ਹੈ ਜਨਾਨੀਆਂ ਨੇ ਕਿਚਨ 'ਚ ਨਹੀਂ ਖੈੜਾ ਛੱਡਣਾ ਮੋਬਾਈਲ ਦਾ, ਉੱਥੇ ਰਸੋਈ ਦੇ ਵਿੱਚ ਵੀ ਨਾਲੇ ਰੋਟੀਆਂ ਪਕਾਈ ਜਾਣੀਆਂ, ਨਾਲੇ ਪਤਾ ਨਹੀਂ ਕੀ ਕਰਦੀਆਂ ਉਹਦੇ 'ਤੇ। ਚੰਗਾ ਭਲਾ ਕਾਲਾ ਮੋਬਾਈਲ ਹੁੰਦਾ, ਆਟੇ ਨਾਲ ਚਿੱਟਾ ਕਰ ਦਿੰਦੀਆਂ ਨੇ, ਹੋਰ ਕੁਛ ਨਹੀਂ, ਤਾਂ ਰਸੋਈ ਦੇ ਵਿੱਚ ਆਪਣੀ ਫੋਟੋ, ਗੁੱਤ ਭਾਵੇਂ ਗੈਸ 'ਤੇ ਚਲੀ ਜਾਏ, ਪਤਾ ਲੱਗਦਾ ਵੀ ਇਹ ਤੈਨੂੰ ਸੈਲਫੀ ਖਿੱਚਦੀ, ਉੱਧਰ ਗੁੱਤ ਸਾੜ ਕੇ ਬਹਿ ਗਈ, ਫਿਰ ਗੈਸ ਨੂੰ ਗਾਲਾਂ ਕਰੀ, ਸਟੂਪਿਡ, ਇਤਨਾ ਫਲੇਮ ਮੈਨੇ ਕਭੀ ਨਹੀਂ ਦੇਖੀ ਜ਼ਿੰਦਗੀ ਮੇਂ, ਉਹਦੇ 'ਚ ਵੀ ਗੈਸ ਦਾ ਡਿਸਪਿਊਟ। ਅੱਛਾ ਫਿਰ ਹੋਰ ਕੁਛ ਨਹੀਂ, ਕੜਾਹੀ ਦੀ ਫੋਟੋ ਖਿੱਚ ਕੇ ਵਟਸਐਪ 'ਤੇ ਪਾ ਦੇਣੀ, ਮੇਕਿੰਗ ਭਿੰਡੀ ਟੂਡੇ, ਕਿੱਡੀ ਕੁ ਵੱਡੀ ਕਰਤੂਤ ਕਰਦੇ ਜੀ, ਸਾਡੀ ਮਾਂ ਨੇ ਨਹੀਂ ਬਣਾਈ ਕਦੀ ਭਿੰਡੀ, ਵੀ ਸਾਡੀ ਦਾਦੀ ਨੂੰ ਨਹੀਂ ਬਣਾਉਣੀ ਆਉਂਦੀ ਸੀ ਭਿੰਡੀ, ਮੇਕਿੰਗ ਭਿੰਡੀ ਟੂਡੇ। ਉੱਤੋਂ ਜਗਾਦਰੀ ਵਾਲੀ ਭੂਆ ਦੀ ਕੁੜੀ, ਉਹ ਵੀ ਐਡੀ ਸ਼ੋਖੀ ਹੈ, ਉਹਨੇ ਅਜੇ ਵਟਸਐਪ 'ਤੇ ਫੋਟੋ ਪਾਈ, ਨਾਲ ਹੀ ਥੱਲੇ ਕਿੰਨੀਆਂ ਵਾਈਆਂ ਪਾ ਕੇ ਨਾ ਯੰਮੀ 12-13 ਐਮ ਪਾ ਦਿੰਦੀ ਹੈ ਨਾਲ। ਬੰਦਾ ਪੁੱਛੇ ਯੰਮੀ ਤੂੰ ਮੋਬਾਈਲ ਚੱਟ ਕੇ ਵੇਖ ਲਿਆ, ਤੈਨੂੰ ਕਿੱਦਾਂ ਪਤਾ ਵੀ ਯੰਮੀ ਅਗਲੀ ਨੇ ਅਗਲੇ ਲੂਣ ਨਹੀਂ ਪਾਇਆ ਅਜੇ ਵਿੱਚ? ਕੋਈ ਨਹੀਂ, ਮੈਂ ਕਿਹਾ ਹੁਣ ਆਈ ਸਾਡੇ ਤੈਨੂੰ ਫਿੱਕੀਆਂ ਭਿੰਡੀਆਂ ਖਵਾਵਾਂਗੇ, ਤੈਨੂੰ ਯੰਮੀ ਲੱਗਦੀ ਆ ਨਾ ਬਿਨਾਂ ਲੂਣ ਤੋਂ। ਸੋ ਕਹਿਣ ਦਾ ਮਤਲਬ ਹੈ ਜੀ ਕਿ ਮੋਬਾਈਲ ਨੇ ਬੜੀ ਮਹੱਤਵ, ਇੱਥੇ ਸਾਡੇ ਚੰਡੀਗੜ੍ਹ ਦੀ ਗੱਲ ਦੱਸਦਾ ਮੈਂ, ਆ 7 ਦੀਆਂ ਲਾਈਟਾਂ ਮੋਹਾਲੀ, ਮੈਂ ਸਵੇਰ ਸਵੇਰੇ ਜਿੰਮ ਤੋਂ ਆ ਰਿਹਾ ਸੀ, ਜਿੱਦਾਂ ਹੀ ਮੈਂ ਉਹ 7 ਦੀਆਂ ਲਾਈਟਾਂ ਕ੍ਰੋਸ ਕਰ ਲੱਗਾ, ਸਰਦੀਆਂ ਦੀ ਗੱਲ ਹੈ, ਇਕੱਲੀ ਲੜਕੀ ਵਿਚਾਰੀ ਸਕੂਟੀ 'ਤੇ ਜਾਂਦੀ, ਸਲਿੱਪ ਕਰ ਗਈ, ਸਕਿੱਡ ਕਰ ਗਈ ਉਹਦੀ ਸਕੂਟੀ, ਉਹ ਸਕਿੱਡ ਕਰ ਗਈ ਅਤੇ ਆਪ ਸੜਕ ਦੇ ਵਿੱਚ ਡਿੱਗੀ ਹੋਈ, ਮੈਂ ਕਿਹਾ ਠੰਡੀ ਸੜਕ ਹੈ ਉੱਤੋਂ ਡਿੱਗ ਪਈ ਹੈ, ਮੈਂ ਤਾਂ ਮਤਲਬ ਚੌਂਕ ਦੇ ਵਿੱਚ ਹੁੰਦੀ ਨਹੀਂ ਆ, ਮੈਂ ਰੇਲਿੰਗ ਟੱਪ ਕੇ ਗਿਆ ਉਹਨੂੰ ਚੁੱਕਣ ਵਾਸਤੇ,
ਤੇ ਦੇਖਿਆ ਮੋਬਾਈਲ ਲੈ ਕੇ ਵਿਚਾਰੀ ਘਰੇ ਆਪਣਾ ਨੰਬਰ ਡਾਇਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਜਾ ਕੇ ਚੁੱਕਣ ਲੱਗਾ, ਕਹਿੰਦੀ ਨਾ ਉਹਨੇ ਸਰ ਚੁੱਕਣਾ ਨਹੀਂ ਚੁੱਕਣਾ ਨਹੀਂ। ਮੈਂ ਕਿਹਾ ਕਿਉਂ? ਕਹਿੰਦੀ ਸੈਲਫੀ ਲੈ ਰਹੀ ਹੈ, ਕਹਿੰਦੀ ਫੇਸਬੁੱਕ ਤੇ ਪਾਉਣਾ ਮੈਂ ਤੇ ਵਿਦ ਐਨ ਐਕਸੀਡੈਂਟ ਨਾਟ ਫੀਲਿੰਗ ਵੈਲ। ਮੈਂ ਕਿਹਾ ਮਰੇ ਜਦੋਂ ਸੈਲਫੀਆਂ ਪੂਰੀਆਂ ਹੋ ਜਾਣ ਮੈਨੂੰ ਦੱਸ ਦੀ, ਮੈਂ ਐਂਬੂਲੈਂਸ ਬੁਲਾ ਲਾਂਗਾ ਮੈਂ ਹਨਾ। ਸੋ ਕਹਿਣ ਦਾ ਮਤਲਬ ਕਿਤੇ ਨਹੀਂ ਮੌਕਾ ਛੱਡਦੇ ਅੱਜ ਕੱਲ੍ਹ ਦੇ ਬੱਚਿਆਂ ਨੂੰ, ਮਤਲਬ ਸੈਲਫੀ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਨਾ ਰਹਿ ਗਿਆ। ਪਿੱਛੇ ਮੇਰੇ ਦਾਦੇ ਦਾ ਭਰਾ ਵੀ ਸਾਡਾ ਦਾਦਾ ਹੀ ਲੱਗਦਾ, ਉਹਦੀ ਡੈਥ ਹੋ ਗਈ, ਸਾਡੇ ਆਪਣੇ ਘਰ ਦੇ ਨਿਆਣੇ ਉਹ ਮਰੇ ਪੈ ਦੇ ਲਾਗੇ ਲੰਮੇ ਪੈ ਪੈ ਕੇ ਸੈਲਫੀਆਂ ਕਰੀ ਜਾਂਦੇ। ਸਾਡਾ ਸਭ ਤੋਂ ਨਿੱਕਾ ਭਤੀਜਾ ਉਹਨੂੰ ਕਹਿੰਦਾ ਦਾਦਾ ਜੀ ਸਮਾਈਲ ਪਲੀਜ਼। ਮੈਂ ਕਿਹਾ ਪੁੱਤਰ ਇਹਨੇ ਉੱਪਰ ਜਾ ਕੇ ਸਮਾਈਲ ਕਰਨਾ। ਸੋ ਸਮਾਈਲਿੰਗ ਔਰ ਇਹ ਜਿਹੜੇ ਮੋਬਾਈਲ ਨੇ, ਅਸੀਂ ਮੱਤ ਵੱਜੀ ਇਹਨਾਂ ਦੀ। ਅੱਜ ਕੱਲ੍ਹ ਸਿਸਟਮ ਹੀ ਚੇਂਜ ਹੋ ਗਿਆ, ਕੋਈ ਕਿਸੇ ਦੇ ਘਰ ਪਹਿਲਾਂ ਆਉਂਦਾ ਸੀ, ਤੁਹਾਡੇ ਘਰ ਹੀ ਚਲੋ ਐਗਜ਼ਾਮਪਲ ਦਿੰਦਾ, ਤੁਹਾਡੇ ਘਰ ਲੋਕ ਆਉਂਦੇ ਸੀ, ਤੁਸੀਂ ਡੋਰ ਖੋਲ੍ਹਦੇ ਸੀ, ਅਗਲਾ ਡੋਰ 'ਤੇ ਕਹਿੰਦੇ ਸੀ ਸਤਿ ਸ਼੍ਰੀ ਅਕਾਲ ਜੀ, ਹੋਰ ਸਭ ਪਰਿਵਾਰ ਠੀਕ ਹੈ ਜੀ, ਭੈਣ ਜੀ ਹੁਣੀ ਠੀਕ ਨੇ, ਬੱਚੇ ਗਏ ਸਕੂਲ, ਬੜੇ ਅਦਬ ਨਾਲ ਗੱਲ ਹੁੰਦੀ ਸੀ। ਫਿਰ ਤੁਸੀਂ ਕਹਿੰਦੇ ਆ ਜਾਓ ਭਾਈ ਸਾਹਿਬ ਅੰਦਰ ਬਹਿ ਕੇ ਗੱਲ ਕਰਦੇ, ਆਉਂਦੇ ਸੀ। ਅਤੇ ਅੱਜ ਕੱਲ੍ਹ ਤੁਸੀਂ ਡੋਰ ਖੋਲ੍ਹੋ ਸਹੀ, ਅਗਲਾ ਖੋਲ੍ਹਣ ਨੂੰ ਨਹੀਂ ਦਿੰਦਾ, ਕੁੰਡੀ ਖੁੱਲ੍ਹੀ ਨਾਲ ਕਹਿੰਦੇ ਬਰੀਕ ਪੈਨੇ ਦਾ ਚਾਰਜਰ ਹੈਗਾ, ਉਹਨੂੰ ਅੰਦਰ ਵੜਦੇ ਨੂੰ ਚਾਰਜਰ ਚਾਹੀਦਾ। ਅੱਛਾ ਜਿਹਦੇ ਘਰ ਜਾਓ ਉਹ ਵੀ ਕਿਹੜਾ ਅੱਜ ਕੱਲ੍ਹ ਵਿਹਲਾ ਤੁਹਾਡੇ ਵਾਂਗੂ, ਉਹ ਵੀ ਮੋਬਾਈਲ 'ਤੇ ਲੱਗਾ ਹੁੰਦਾ, ਕੁੰਡੀ ਵੀ ਇੱਦਾਂ ਹੀ ਖੋਲ੍ਹਦਾ। ਹਾਂ ਕਦੋਂ? ਨਹੀਂ ਮੇਰੀ ਹੋਈ ਸੀ ਗੱਲ। ਹਾਂ ਹਾਂ ਅਤੇ ਉਹ ਸੋਮਵਾਰ ਕਰਾਵਾਂਗੇ ਨਾ ਰਜਿਸਟਰੀ। ਹਾਂ ਤਾਂ ਠੀਕ ਹੈ, ਇੱਕ ਮਿੰਟ ਮੈਂ ਸੋਨਾ ਪਾਣੀ ਇੱਕ ਮਿੰਟ ਮੈਂ ਸੋਨਾ ਤਾਂ ਆ ਜਾ ਕੇ ਸਾਡਾ ਆ ਜਾਏਗਾ। ਚਾਹ ਚਾਹ ਲਓ ਭਾਈ, ਬਿਸਕੁਟ ਤੇ ਲਓ ਬਿਸਕੁਟ। ਤਾਂ ਠੀਕ ਹੈ ਨਾ, ਹੁਣ ਤਹਿਸੀਲਦਾਰ ਨਾਲ ਗੱਲ ਕਰ ਲੈ ਤੂੰ, ਹੈਂ ਰੋਟੀ ਰੋਟੀ। ਹਾਂ ਹਾਂ ਤਾਂ ਚੱਲ, ਆਪਾਂ ਅੱਧੀ ਪੇਮੈਂਟ ਤੁਹਾਨੂੰ ਕਰ ਦਿੱਤੀ ਭਾਅ ਜੀ, ਪਨੀਰ ਤੇ ਹੋਰ ਲਓ। ਹਾਂ ਲੱਸੀ ਬੇਟਾ ਲੱਸੀ, ਅਚਾਰ ਪਾਪੜ ਲਓ ਭਾਅ ਜੀ। ਹਾਂ ਚੱਲ ਠੀਕ ਹੈ, ਤੂੰ ਉਹਨੂੰ ਲੈ ਨਾਲ, ਮੈਂ ਆਪੇ ਚਲਾ ਜਾਵਾਂਗਾ, ਮੈਂ ਆਪਣੀ ਗੱਡੀ 'ਤੇ ਆ ਜਾਵਾਂਗਾ। ਚੱਲ ਠੀਕ ਹੈ ਭਾਅ ਜੀ, ਪਾਣੀ ਪਵਾ ਭਾਅ ਜੀ, ਪਨੀਰ ਲਿਆਈ। ਚੱਲ ਠੀਕ ਹੈ, ਪਹਿਲੇ ਗੈਸਟ ਆਏ, ਥੋੜ੍ਹੀ ਜਲਦੀ ਹੈ ਮੈਨੂੰ, ਹੈਂ 35 ਮਿੰਟ ਲਾ ਕੇ, ਬਾਅਦ 'ਚ ਕਹਿੰਦਾ ਥੋੜ੍ਹੀ ਅਰਜੈਂਸੀ ਹੈ, ਜਲਦੀ ਹੈ ਥੋੜ੍ਹੀ। 35 ਮਿੰਟ ਬਾਅਦ ਅਗਲੇ ਨੂੰ 4 ਵਾਰੀ ਪਨੀਰ ਪਾ ਤਾ, 2 ਫੁਲਕੇ ਬਾਅਦ ਤੂੰ ਖਵਾ ਤੇ ਉਹਨੂੰ, ਉਹਨੇ ਵਿਚਾਰੇ ਨੇ ਪਤਾ ਨਹੀਂ ਖਾਣੇ ਸੀ ਕਿ ਨਹੀਂ। 35 ਮਿੰਟ ਬਾਅਦ ਉਹ ਸੌਰੀ ਭਾਅ ਜੀ, ਬਹੁਤ ਜ਼ਰੂਰੀ ਗੱਲ ਬੱਚਾ, ਭਾਅ ਜੀ ਮੈਂ ਪਛਾਣਿਆ ਨਹੀਂ ਤੁਹਾਨੂੰ। 17 ਫੁਲਕੇ ਖਵਾਤੇ ਉਹਨੂੰ, 3 ਕੌਲੀਆਂ ਸਬਜ਼ੀ ਦੀਆਂ ਖਵਾਤੀਆਂ, 2 ਵਾਰੀ ਲੱਸੀ ਪਿਆਤੀ, ਅਜੇ ਕਹਿੰਦਾ ਪਛਾਣਿਆ ਨਹੀਂ। ਉਹ ਵੀ ਅੱਗੋਂ 2 ਡਕਾਰ ਮਾਰ ਕੇ ਉੱਠ ਕੇ ਕਹਿੰਦਾ ਭਾਅ ਜੀ ਮੈਂ ਪੁੱਛਣ ਆਇਆ ਸੀ ਇੱਥੇ ਵਾਲੀਆ ਸਾਹਿਬ ਕਿੱਥੇ ਰਹਿੰਦੇ ਨੇ। ਉਹ ਵੀ ਕਿਸੇ ਦਾ ਘਰ ਹੀ ਲੱਭ ਰਿਹਾ ਸੀ ਵਿਚਾਰਾ। ਮਤਲਬ ਮੋਬਾਈਲ ਨੇ ਜ਼ਿੰਦਗੀ ਕਲੋਜ਼ ਵੀ ਬੜੀ ਕੀਤੀ ਇੱਕ ਦੂਸਰੇ ਦੇ, ਔਰ ਦੂਰ ਵੀ ਬੜੀ ਕਰ ਦਿੱਤੀ ਹੈ। ਇੰਨਾ ਕਮਲਾ ਕਰਤਾ ਇਹਨੇ, ਇੱਕ ਫੈਮਿਲੀ ਇੱਥੋਂ ਚੱਲਦੀ ਹੈ ਚੰਡੀਗੜ੍ਹ ਤੋਂ ਦਿੱਲੀ ਵਾਸਤੇ ਇੱਕੋ ਕਾਰ ਦੇ ਵਿੱਚ, ਚੰਡੀਗੜ੍ਹ ਤੋਂ ਚੱਲਣਗੇ ਦਿੱਲੀ ਤੱਕ ਗੱਲ ਨਹੀਂ ਕਰਦੇ ਆਪਸ 'ਚ, ਪਿਓ ਨਾਲੇ ਗੱਡੀ ਚਲਾਈ ਜਾਏਗਾ, ਨਾਲੇ ਚੋਰੀ ਚੋਰੀ ਫੇਸਬੁੱਕ 'ਤੇ ਲੱਗਾ ਹੁੰਦਾ, ਇੱਧਰ ਮੰਮੀ ਨੇ ਵਟਸਐਪ ਖੋਲਿਆ ਹੁੰਦਾ, ਕਾਕਾ ਜੀ ਹੋਰ ਕੁੱਟ 'ਤੇ ਲੱਗੇ ਨੇ, ਅਤੇ ਇੱਧਰ ਬੁੱਢੀ ਵੱਖਰੇ ਟਵਿੱਟਰ ਚੈੱਕ ਕਰੀ ਜਾਂਦੀ ਹੈ। ਉਹ ਸਾਰੇ ਰਾਹ 'ਚ ਪਾਣੀ ਵੀ ਨਹੀਂ ਪੀਂਦੀ, ਮੈਂ ਕੁਛ ਨਹੀਂ ਪੀਣਾ, ਸ਼ਾਹਰੁਖ ਖਾਨ ਕੀ ਧੁਨੀ ਮੈਂ ਖੁਰਕ ਹੋ ਰਹੀ, ਉਹਦੀ ਜਾਨ ਨਿਕਲੀ ਹੁੰਦੀ ਵੀ ਸ਼ਾਹਰੁਖ ਖਾਨ ਦੀ ਧੁਨੀ 'ਚ ਖੁਰਕ ਕਿਉਂ ਹੋ ਰਹੀ। ਉਹ ਫਲਾਈਟ ਫੜ ਕੇ ਅਗਲਾ ਜਾਪਾਨ ਵੀ ਪਹੁੰਚ ਕੇ ਆਉਂਦਾ, ਇਹਦੀ ਜਾਨ ਨਿਕਲੀ ਹੁੰਦੀ ਵੀ ਉਹਨੇ ਕੁਛ ਨਹੀਂ ਖਾਧਾ, ਮੈਂ ਵੀ ਨਹੀਂ ਖਾਣਾ। ਇੱਥੋਂ ਚੱਲ ਪੈਣਗੇ ਮੂਰਥਲ ਤੱਕ ਆਪਸ 'ਚ ਗੱਲ ਨਹੀਂ ਕਰਦੇ। ਫਿਰ ਪਿਓ ਨੂੰ ਗੁੱਸਾ ਚੜ੍ਹਦਾ ਹੌਲੀ ਜੀ, ਕਹਿੰਦਾ ਬਦਤਮੀਜ਼ੋ ਜਦੋਂ ਦੇ ਚੰਡੀਗੜ੍ਹ ਚੱਲੇ ਆਪਸ 'ਚ ਗੱਲ ਹੀ ਕੋਈ ਨਹੀਂ ਕੀਤੀ, ਛੱਡੋ ਮੋਬਾਈਲ,
ਬਦਤਮੀਜ਼। ਬਾਅਦ ਚ ਪਤਾ ਲੱਗਦਾ ਪਿਓ ਨੇ ਵੀ ਗੱਲ ਤਾਂ ਸ਼ੁਰੂ ਕੀਤੀ ਹੈ, ਉਹਦੇ ਮੋਬਾਈਲ ਚੋਂ ਬੈਟਰੀ ਖਤਮ ਹੋ ਗਈ, ਨਹੀਂ ਤੇ ਭਾਪੇ ਨੇ ਵੀ ਅਜੇ ਲਿਹਾਜ ਨਹੀਂ ਸੀ ਕਰਨਾ। ਸੋ ਇਹਨੇ ਜ਼ਿੰਦਗੀ ਖੂਬਸੂਰਤ ਵੀ ਬੜੀ ਕੀਤੀ ਹੈ ਔਰ ਪ੍ਰਾਈਵੇਸੀ ਵੀ ਖਤਮ ਕਰ ਦਿੱਤੀ। ਅੱਗੇ ਘਰਾਂ ਦੇ ਆਪਣੇ 100 ਪਰਦੇ ਹੁੰਦੇ ਸੀ, ਘਰਾਂ ਦੀਆਂ 100 ਗੱਲਾਂ ਹੁੰਦੀਆਂ ਸੀ, ਬੰਦਾ ਆਪਣੇ ਘਰ ਦੀਆਂ ਫੋਟੋਆਂ ਖਿੱਚ ਖਿੱਚ ਕੇ ਪਾ ਜਾਂਦਾ। ਅੱਗੇ ਸਾਡੇ ਘਰ ਦੀ ਫੋਟੋ ਕਿਸੇ ਦੇ ਘਰ ਮਿਲ ਜਾਣੀ ਜਾਂ ਕਿਸੇ ਦੀ ਜੇਬ 'ਚ ਮਿਲ ਜਾਣੀ, ਸਿਆਪਾ ਪੈ ਜਾਂਦਾ ਹੁੰਦਾ ਸਾਡੀ ਫੋਟੋ ਤੇਰੇ ਘਰ ਕੇ ਨਾ ਵੀ ਸਾਡੇ ਘਰ ਦੀਆਂ ਲੜਕੀਆਂ ਵੀ ਹੈਗੀਆਂ ਨੇ, ਤੂੰ ਆਪ ਵੀ ਆਪਣੇ ਘਰਦਿਆਂ ਦੀ ਫੋਟੋਆਂ ਖਿੱਚ ਖਿੱਚ ਕੇ ਪਾਈ ਜਾਣਗੇ, ਹੋਰ ਤਾਂ ਕੁਛ ਨਹੀਂ, ਆਪਣੀਆਂ ਫੋਟੋਆਂ ਖਿੱਚ ਖਿੱਚ ਕੇ ਦਿਹਾੜੀ 'ਚ 25-25। ਜੇ ਕੋਈ ਕੁੜੀ ਪਾ ਦੇਵੇ ਇੱਕ ਮਿੰਟ ਦੇ ਵਿੱਚ 150 ਕਮੈਂਟ ਆ ਜਾਂਦਾ, ਵਾਓ ਸੁਪਰ ਨਾਈਸ ਕਲਿੱਕ ਲਵਲੀ ਪਿਕ, ਨਾਈਸ ਕਲਿੱਕ ਤੇ ਲਵਲੀ ਪਿਕ, ਇਹ ਤਾਂ ਸਾਰਿਆਂ ਨੂੰ ਰੱਟੇ ਹੋਏ ਨੇ। ਤੇ ਮੇਰੇ ਵਰਗਾ ਵਿਚਾਰਾ ਫੋਟੋ ਪਾ ਕੇ ਮਹੀਨਾ ਉਡੀਕਦਾ ਰਹਿੰਦਾ, ਮਹੀਨੇ ਬਾਅਦ ਵੀ ਪਹਿਲਾ ਕਮੈਂਟ ਆਪ ਹੀ ਪੈਂਦਾ, ਭੂਤ ਨਹੀਂ ਦਿਓ ਕੋਈ ਤੇ ਕਮੈਂਟ ਪਾ ਦਿਓ। ਪਰ ਪ੍ਰਾਈਵੇਸੀ ਇੰਨੀ ਖਤਮ ਹੋ ਗਈ ਹੈ, ਆਪਣੀ ਫੈਮਿਲੀ ਨਾਲ ਸ਼ਿਮਲੇ ਜਾਣਗੇ, ਵਾਈਫ ਨਾਲ ਫੋਟੋ ਖਿਚਾ ਕੇ ਨਾ ਆਪ ਹੀ ਬਾਂਹ 'ਚ ਬਾਂਹ ਪਾ ਕੇ ਫੋਟੋ ਖਿੱਚ ਕੇ ਥੱਲੇ ਸਟੇਟਸ ਪਾ ਦੇਣਗੇ, ਇਨ ਸ਼ਿਮਲਾ ਇੰਜੋਇੰਗ ਵਿਦ ਵਾਈਫ। ਉੱਤੋਂ ਮੇਰੇ ਵਰਗਾ ਬਦਤਮੀਜ਼ ਸਾਡੇ ਕਮੈਂਟ ਪਾ ਦੇਗਾ, ਵਾਹ ਭਾਜੀ ਇਕੱਲੇ ਇਕੱਲੇ ਹੀ, ਬੰਦਾ ਪੁੱਛੇ ਕੋਈ ਟੀਮ ਵਰਕ ਹੈ। ਸੋ ਇਹ ਟੈਕਨੀਕਲ ਕਾਮੇਡੀ ਹੋ ਗਈ ਅੱਜ ਕੱਲ੍ਹ, ਪਰ ਟੈਕਨੋਲੋਜੀ ਨੇ ਇੱਕ ਚੀਜ਼ ਤਾਂ ਕਰ ਦਿੱਤੀ ਹੈ ਜੀ, ਕਿ ਦੁਨੀਆ ਇੱਕ ਡ੍ਰੀਮ ਹੁੰਦੀ ਸੀ, ਇੱਕ ਸੁਪਨਾ ਹੁੰਦਾ ਸੀ ਕਿ ਕਿਹੜਾ ਮੁਲਕ ਕਿਹੜੇ ਲੋਕ ਕਿੱਦਾਂ ਦੇ ਨੇ, ਸਾਰੇ ਇੱਕ ਥਾਂ 'ਤੇ ਇਕੱਠੇ ਕਰ ਦਿੱਤੇ ਹੈ। ਅੱਗੇ ਹਰ ਸਿਟੀ ਦਾ ਹਰ ਸਟੇਟ ਦਾ ਆਪਣਾ ਕਲਚਰ ਹੁੰਦਾ ਸੀ, ਹੁਣ ਇਹਨੇ ਇੱਕ ਗਲੋਬਲ ਕਲਚਰ ਪੈਦਾ ਕਰ ਦਿੱਤਾ, ਇਹਨੇ ਇੱਕ ਵਰਲਡ ਨੂੰ ਇੱਕ ਥਾਂ 'ਤੇ, ਪੂਰੇ ਯੂਨੀਵਰਸ ਨੂੰ ਇੱਕ ਥਾਂ 'ਤੇ ਇਕੱਠਾ ਕਰ ਦਿੱਤਾ। ਇਹਦੇ ਲਈ ਟੈਕਨੋਲੋਜੀ ਦਾ ਆਪਾਂ ਨੂੰ ਥੈਂਕਫੁਲ ਵੀ ਹੋਣਾ ਚਾਹੀਦਾ, ਔਰ ਟੈਕਨੋਲੋਜੀ ਹੈ ਕਿ ਅੱਜ ਕਲਾਕਾਰ ਜੋ ਕਰਦਾ ਉਹ ਵਿਦ ਇਨ ਫਿਊ ਸੈਕਿੰਡਸ ਪੂਰੇ ਵਰਲਡ 'ਚ ਜਿੱਥੇ ਵੀ ਉਹਦੇ ਫੈਨਸ ਬੈਠੇ ਨੇ ਉੱਥੇ ਤੱਕ ਪਹੁੰਚ ਜਾਂਦਾ। ਇਸ ਲਈ ਅਸੀਂ ਟੈਕਨੋਲੋਜੀ ਨੂੰ ਥੈਂਕਸ ਵੀ ਕਰਦੇ ਹਾਂ, ਔਰ ਸਾਡੀ ਫਿਲਮ ਜਿਹੜੀ 27 ਮਈ ਨੂੰ ਰਿਲੀਜ਼ ਹੋ ਰਹੀ ਹੈ, ਸਾਡੇ ਸੀ ਐਮ ਸਾਹਿਬ ਉਹਦਾ ਪ੍ਰਮੋਸ਼ਨ, ਉਹਦਾ ਇੱਕ ਇੱਕ ਮੂਮੈਂਟ ਤੁਹਾਡੇ ਤੱਕ ਪਹੁੰਚਦਾ ਰਹਿੰਦਾ, ਔਰ ਤੁਹਾਡੇ ਲੱਖਾਂ ਹਜ਼ਾਰਾਂ ਕਮੈਂਟਸ, ਤੁਹਾਡਾ ਪਿਆਰ ਸਾਡੇ ਤੱਕ ਪਹੁੰਚਦਾ ਰਹਿੰਦਾ। ਔਰ ਹੁਣ ਮੈਂ ਚਾਹਾਂਗਾ ਜੀ ਕਿ ਸਾਡੇ ਇਸ ਇਵੈਂਟ ਦਾ ਅੱਜ ਪੀਕ ਟਾਈਮ, ਯਾਨੀ ਕਿ ਸਾਡੀ ਇਸ ਫਿਲਮ, ਸਾਡੇ ਸੀ ਐਮ ਸਾਹਿਬ ਦੇ ਨਾਇਕ ਹੀਰੋ, ਪੰਜਾਬੀ ਮੌਸੀਕੀ ਦਾ ਉਹ ਸਿਰਮੌਰ ਫਨਕਾਰ ਜਿਹਨੇ ਪੰਜਾਬੀ ਗਾਇਕੀ ਨੂੰ, ਪੰਜਾਬੀ ਲੋਕ ਗਾਇਕੀ ਨੂੰ ਪ੍ਰਮੋਟ ਕੀਤਾ, ਜਿਸ ਫਨਕਾਰ ਨੇ ਆਪਣੇ ਸਿਰ ਇਹ ਸਿਹਰਾ ਬੰਨਿਆ ਕਿ ਪੰਜਾਬੀ ਰਵਾਇਤੀ ਗਾਇਕੀ ਨੂੰ ਅੱਗੇ ਤੱਕ ਕਿਵੇਂ ਤੋਰਨਾ, ਆਪਣੇ ਬੱਚਿਆਂ ਨੂੰ ਪੰਜਾਬੀ ਕਲਚਰ ਵੱਲ ਕਿਵੇਂ ਮੋੜਨਾ, ਪੰਜਾਬ ਦਾ ਲੋਕ ਰੰਗ ਬੱਚਿਆਂ 'ਚ ਕਿਵੇਂ ਬਖੇਰਨਾ, ਅਤੇ ਫਿਰ ਦੂਸਰੀ ਜ਼ਿੰਮੇਵਾਰੀ ਲਈ ਕਿ ਪੰਜਾਬ ਦੇ ਸਿਨੇਮੇ ਨੂੰ ਪੱਪਾਂ ਭਰ ਕਿਵੇਂ ਕਰਨਾ, ਪੰਜਾਬ ਦੇ ਸਿਨੇਮਾ ਨੂੰ ਇੱਕ ਨਵੀਂ ਲੁੱਕ ਕਿਵੇਂ ਦੇਣੀ ਹੈ, ਆਡੀਅੰਸ ਨੂੰ, ਪੰਜਾਬੀ ਆਡੀਅੰਸ ਨੂੰ ਦੁਬਾਰਾ ਸਿਨੇਮੇ ਤੱਕ ਕਿੱਦਾਂ ਲੈ ਕੇ ਆਉਣਾ, ਇੱਕੋ ਇੱਕ ਕਲਾਕਾਰ ਨੂੰ ਕ੍ਰੈਡਿਟ ਜਾਂਦਾ। ਮੈਂ ਚਾਹਾਂਗਾ ਮੰਚ ਦੇ ਉੱਤੇ ਤੁਹਾਡੀਆਂ ਤਾਲੀਆਂ ਦੇ ਵਿੱਚ ਪੰਜਾਬੀ ਮੌਸੀਕੀ, ਪੰਜਾਬੀ ਸਿਨੇਮੇ ਦੀ ਸ਼ਾਨ, ਹਰਭਜਨ ਕੀ
Hello Chandigarh, how are you? Sasrikaal, Adab, Namaskar, Assalamu Alaikum, good evening. ਕੋਈ ਰਹਿ ਤਾਂ ਨਹੀਂ ਗਿਆ? ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ? ਸਾਡੇ ਸੀਐਮ ਸਾਹਿਬ ਹੁਣ ਬਦਲਣਗੇ ਪੰਜਾਬ, 27 ਮਈ ਲਈ ਤਿਆਰ ਹੋ? ਖੁੱਲ ਕੇ ਚੀਕਾਂ ਮਾਰੋ, ਗਲਾ ਖਰਾਬ ਹੋ ਗਿਆ, ਇਲਾਜ ਮੈਂ ਦੱਸੂ ਤੁਹਾਨੂੰ। ਰੈਡੀ ਫੋਰ ਮੇ 27th? ਸਾਡੇ ਸੀਐਮ ਸਾਹਿਬ, ਮੇਰਾ ਬਹੁਤ ਪਿਆਰਾ ਵੀਰ, ਯਾਰਾਂ ਦਾ ਯਾਰ ਔਰ ਕਮਾਲ ਦਾ ਕਲਾਕਾਰ ਗੁਰਪ੍ਰੀਤ ਘੁੱਗੀ ਤੁਹਾਡਾ ਮਨੋਰੰਜਨ ਕਰਕੇ ਗਿਆ ਜੀ। ਅਗਰ ਘੁੱਗੀ ਸਾਹਿਬ ਇੱਥੇ ਨੇ ਤਾਂ ਮੇਰੀ ਗੁਜ਼ਾਰਿਸ਼ ਹੈ ਇੱਕ ਵਾਰੀ, ਕੱਲ੍ਹ ਮੈਂ ਬਹੁਤ ਜ਼ੋਰ ਲਾ ਕੇ ਘੁੱਗੀ ਭਾਅ ਦੀ ਇੰਟਰੋਡਕਸ਼ਨ ਕੀਤੀ ਅੰਮ੍ਰਿਤਸਰ ਜੀ, ਵੀ ਘੁੱਗੀ ਭਾਅ ਜੀ ਆਉਣਗੇ, ਉਹ ਕਹਿੰਦੇ ਨਹੀਂ, ਉਹ ਤਾਂ ਵਾਸ਼ਰੂਮ ਚਲੇ ਗਏ। ਮਾੜੀ ਕੀਤੀ ਭਾਜੀ, ਤੁਹਾਡੀ ਕਾਲ ਵੀ ਮੈਨੂੰ ਆਈ ਸੀ, ਪਰ ਨੇਚਰ ਕਾਲ ਵੱਡੀ ਹੁੰਦੀ ਕਿ ਤੁਹਾਡੀ ਕਾਲ? ਘੁੱਗੀ ਭਾਅ ਜੀ ਜ਼ੋਰਦਾਰ ਤਾੜੀ। ਪਿੱਛੇ ਜੇ ਤੁਸੀਂ ਇਹਨਾਂ ਦੀ ਫਿਲਮ ਅਰਦਾਸ ਦੇਖੀ, ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ, ਪੰਜਾਬੀ ਸਿਨੇਮੇ ਦਾ ਵਨ ਆਫ ਦ ਮੋਸਟ ਵਰਸਟਾਈਲ, ਵੈਰੀ ਟੈਲੈਂਟਡ ਗੁਰਪ੍ਰੀਤ ਘੁੱਗੀ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕਿਰਦਾਰ ਹੋਵੇ, ਫਰੋਮ GN ਆਨਵਰਡਸ ਅਸੀਂ ਬਹੁਤ ਫਿਲਮਾਂ ਇਕੱਠਿਆਂ ਨੇ ਕੀਤੀਆਂ ਅਤੇ ਤੁਸੀਂ ਹਰ ਫਿਲਮ ਦਾ ਆਨੰਦ ਮਾਣਿਆ। ਸੋ ਮਲੇਸ਼ੀਆ ਤੋਂ ਸਪੈਸ਼ਲੀ, ਦੇਰ ਬੋਰਨ ਬਰਾਡ ਅਪ ਇਨ ਮਲੇਸ਼ੀਆ, ਬਟ ਵੈਸੇ ਪ੍ਰੋਫੈਸ਼ਨਲੀ ਬੀਇੰਗ ਅ ਲੋਅਰਸ, ਪਰ ਪੰਜਾਬੀ ਸੰਗੀਤ ਨੂੰ ਪਿਆਰ ਕਰਦੇ, ਪੰਜਾਬੀ ਸੰਗੀਤ ਲਈ ਹਮੇਸ਼ਾ ਹਾਜ਼ਰ ਨੇ, ਤੋ ਸਪੈਸ਼ਲੀ ਅੱਜ ਅਸੀਂ ਉਹਨਾਂ ਨੂੰ ਇੱਥੇ ਰੱਖਿਆ। ਗੋਲਡ ਕਾਰਡਸ, ਮਨਜੀਤ ਐਂਡ ਸੁਖਜੀਤ, ਪਲੀਜ਼ ਜ਼ੋਰਦਾਰ ਤਾੜੀ, ਬੜੀ ਦੂਰ ਸੇ ਆਏ ਹੈ, ਪਿਆਰ ਕਾ ਤੋਹਫਾ ਲਾਏ ਹੈ ਤੁਹਾਡੇ ਲਈ, ਆਏ ਇੱਕ ਵਾਰੀ ਜ਼ੋਰਦਾਰ ਤਾੜੀਆਂ ਖੁੱਲ ਕੇ। ਮੈਂ ਤਾਂ ਪਿੱਛੇ ਗੱਡੀ ਬੈਠਾ ਪੁੱਛ ਰਿਹਾ ਸੀ ਵੀ ਸਟੇਜ ਤਾਂ ਨਹੀਂ ਟੁੱਟਿਆ? ਹਾਂ, ਦੇਖੋ ਇਹ ਉਹ ਬੰਦੇ ਨੇ ਜਿਹੜੇ ਸਾਰਿਆਂ ਨੂੰ ਦਿਲ ਦੀ ਨਜ਼ਰ ਨਾਲ ਦੇਖਦੇ ਆ, ਕਿਉਂਕਿ ਦੋਵਾਂ ਭਰਾਵਾਂ ਨੇ ਐਨਕਾਂ ਵੇਖੋ ਕਿੱਥੇ ਲਾਈਆਂ। ਸੁਖੀ ਭਾਅ, ਮੈਂ ਪੁੱਛ ਰਿਹਾ ਸੀ ਵੀ ਸਟੇਜ ਤੇ, ਮੈਂ ਪਿੱਛੇ ਬੈਠਾ ਗੱਡੀ 'ਚ, ਮੈਂ ਕਿਹਾ ਸਟੇਜ ਟੁੱਟੀ ਤਾਂ ਨਹੀਂ ਅਜੇ? ਹਾਂ, ਕਿਉਂ ਕਿਉਂ ਜੀ? ਦੇਵਗਲ ਨੇ ਅੱਗ ਲਾਤੀ ਹੋਣੀ ਹੈ ਇੱਥੇ, ਇੱਥੇ ਕੱਖ ਲਾਈ, ਉੱਥੇ ਜਾ ਕੇ ਜ਼ਿਆਦਾ ਲਾਈ ਹੈ ਜੀ। ਪੰਜਾਬੀ ਸਿਨੇਮੇ ਦੇ ਵਿੱਚ ਆਓ ਸਾਰੇ, ਸਾਡੇ ਉਸਮੀਤ ਨੂੰ, ਅਜੀਤ ਨੂੰ ਵੈਲਕਮ ਕਰੀਏ। ਦੇਵ ਸਿੰਘ ਗਿੱਲ, ਸਾਡੀ ਫਿਲਮ, ਸਾਡੇ ਸੀਐਮ ਸਾਹਿਬ ਦਾ ਇੱਕ ਬਹੁਤ ਵਧੀਆ ਕਿਰਦਾਰ ਉਹ ਨਿਭਾ ਰਿਹਾ। The man behind the making of Sade Seel Sahab, the writer, the producer, jida hi koi supna to take Punjabi cinema to the next level, chahe marketing hai, chahe distribution, I am proud to announce first time any Punjabi film on 27th May, it will release in Greece, Denmark, Finland and many other countries jithe Punjabi cinema hun tak ajje gaya nahi, par ਉਹਨਾਂ ਦੇ ਲਈ ਇੱਕ ਵਾਰੀ ਪਹਿਲਾਂ ਹੀ ਆ ਕੇ ਮੈਂ ਤਾਂ ਤਾੜੀਆਂ ਮਰਾਉਣੀਆਂ ਸੀ। ਇਹਨਾਂ ਨੇ ਤਾਂ ਉੱਥੇ ਫਿਲਮਾਂ ਲਾਤੀਆਂ ਜਿੱਥੇ ਪੋਸਟਰ ਨਹੀਂ ਸੀ ਲੱਗਦਾ ਹੁੰਦਾ ਪਹਿਲਾਂ। ਸੋ ਘੁੱਗੀ ਭਾਜੀ, ਥੋੜ੍ਹਾ ਜਿਹਾ ਐਕਸਪੀਰੀਅੰਸ ਸਾਡਾ ਸਾਂਝਾ ਕਰੋ ਫਿਰ ਸਾਡੇ ਸੀਐਮ ਸਾਹਿਬ, ਕਿਵੇਂ ਰਿਹਾ ਸਾਰਾ ਐਕਸਪੀਰੀਅੰਸ? ਮੇਰੇ ਨਾਲ ਚੰਗਾ ਹੀ ਗਿਆ ਐਕਸਪੀਰੀਅੰਸ ਭਾਜੀ। ਹੁਣ ਕਹਿੰਦੇ ਆਪੇ ਮੇਰੇ ਜੀ ਪੁੱਜੀ, ਆਪੇ ਮੇਰੇ ਬੱਚੇ ਜੀ ਨੇ,
ਤੁਸੀਂ ਮੈਨੂੰ ਮੌਕਾ ਨਹੀਂ ਦਿੱਤਾ ਤਾਰੀਫ ਕਰਨ ਦਾ। ਸਾਡਾ ਇੱਕ ਫਿਲਮ ਦਾ ਨਹੀਂ ਭਾਜੀ, ਸਾਡਾ ਹਰਭਜਨ ਭਾਜੀ ਉਹਨਾਂ ਦੇ ਨਾਲ ਮੇਰੀ ਪੂਰੀ ਸਿਨੇਮੇ ਦੀ ਟਰੈਵਲਿੰਗ ਦਾ ਐਕਸਪੀਰੀਅੰਸ ਬਹੁਤ ਕਮਾਲ ਹੈ, ਕਿਉਂਕਿ ਅਸੀਂ ਇਕੱਠਿਆਂ ਨੇ ਡੈਬਿਊ ਕੀਤਾ ਸੀ ਜੀ ਆਇਆਂ ਨੂੰ ਫਿਲਮ ਦੇ ਵਿੱਚ 2002 ਦੇ ਵਿੱਚ। ਇੱਕ ਕ੍ਰਾਂਤੀ ਆਈ ਸੀ ਪੰਜਾਬੀ ਸਿਨੇਮੇ ਦੇ ਵਿੱਚ, ਪੰਜਾਬੀ ਸਿਨੇਮੇ ਦੀ ਲੁੱਕ ਚੇਂਜ ਹੋਈ ਸੀ, ਲੋਕਾਂ ਨੂੰ ਜੀ ਆਇਆਂ ਨੂੰ ਟਾਈਟਲ ਸੁਣ ਕੇ ਲੱਗਾ ਸੀ ਕਿ ਕੀ ਸਿਨੇਮਾ ਬਣ ਗਿਆ, ਕਿਉਂਕਿ ਉਸ ਤੋਂ ਪਹਿਲਾਂ ਫਿਲਮਾਂ ਆਉਂਦੀਆਂ ਹੁੰਦੀਆਂ ਸੀ ਘੋੜਾ ਜੱਟ ਦਾ, ਖੁਰਪਾ ਜੱਟ ਦਾ, ਟਾਂਗਾ ਜੱਟ ਦਾ, ਪਰਨਾ ਜੱਟ ਦਾ, ਗੰਡਾਸਾ ਜੱਟ ਦਾ, ਕੁਹਾੜਾ ਜੱਟ ਦਾ। ਉਹ ਤਾਂ ਫਿਰ ਮੈਂ ਪ੍ਰੋਡਿਊਸਰਾਂ ਨੂੰ ਰਲ ਕੇ ਬੇਨਤੀ ਕੀਤੀ, ਮੈਂ ਕਿਹਾ ਸਾਰੇ ਪ੍ਰੋਡਿਊਸਰ ਰਲ ਕੇ ਨਾ ਇੱਕੋ ਹੀ ਫਿਲਮ ਬਣਾਓ, ਆਖਰੀ ਜੱਟ। ਜੱਟ ਵਿਹਲਾ ਹੋਵੇ ਵਿਚਾਰਾ, ਨੂੰ ਹੋਰ ਬੜੇ ਕੰਮ ਨੇ। ਸੋ ਜੀ ਆਇਆਂ ਨੂੰ ਦੇ ਨਾਲ ਹਰਭਜਨ ਹੋਣਾ ਨੇ, ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਕਿ ਸਿਨੇਮੇ ਦਾ ਰੁੱਖ ਮੋੜਿਆ ਸੀ, ਜਿੱਥੇ ਕੋਈ ਲੂਣਾ ਵੀ ਨਹੀਂ ਸੀ ਪੰਜਾਬੀ ਫਿਲਮ ਵੱਲ ਮੁੜਦੀ ਹੁੰਦੀ, ਉੱਥੇ ਮਰਸਡੀਜ਼ ਮੁੜਦੀਆਂ ਵੇਖੀਆਂ ਸੀ ਸਿਨੇਮੇ ਵੱਲ। ਪੰਜਾਬੀ ਸਿਨੇਮੇ ਨੂੰ ਲੋਕ ਮਰਸਡੀਜ਼ 'ਚ ਬਹਿ ਕੇ ਵੇਖਣ ਆਉਣ ਲੱਗ ਪਏ ਸੀ, ਵਰਨਾ ਲੋਕ ਬੱਸ ਸਿਨੇਮਾ ਸਿਰਫ ਉਹੀ ਵੇਖਣ ਆਉਂਦੇ ਸੀ ਪੰਜਾਬੀ ਜਿਹੜੇ ਬੱਸਾਂ ਦੇ ਮਗਰ ਲਮਕ ਕੇ ਆਉਂਦੇ ਹੁੰਦੇ ਸੀ। ਇਹਨਾਂ ਨੇ ਇੱਕ ਸਿਨੇਮੇ ਨੂੰ ਉਹ ਇੱਜ਼ਤ ਦਵਾਈ ਹੈ, ਇੱਕ ਉਹ ਸਨਮਾਨ ਦਵਾਇਆ ਜਿਹੜਾ ਸ਼ਾਇਦ ਹੀ ਕਿਸੇ ਸਿਨੇਮੇ ਨੂੰ ਮਿਲਿਆ ਹੋਵੇ ਕਿ 10-12 ਸਾਲਾਂ ਦੇ ਵਿੱਚ ਸਿਨੇਮਾ ਐਡਾ ਵੱਡਾ ਹੋ ਗਿਆ ਕਿ ਅੱਜ ਵਰਲਡ ਵਾਈਡ ਅਸੀਂ 500-500 ਪ੍ਰਿੰਟਰ ਇੱਕ ਥਾਂ 'ਤੇ ਲਾ ਰਹੇ, ਇੱਕੋ ਟਾਈਮ 'ਤੇ ਪੂਰੇ ਵਰਲਡ ਵਾਈਡ ਰਿਲੀਜ਼ ਕਰ ਰਿਹਾ, ਵਿਚ ਇਜ਼ ਅ ਵੈਰੀ ਗ੍ਰੇਟ ਅਚੀਵਮੈਂਟ ਕਿਸੇ ਵੀ ਸਿਨੇਮੇ ਵਾਸਤੇ, ਇਹ ਬਹੁਤ ਵੱਡੀ ਅਚੀਵਮੈਂਟ ਹੈ। ਦਿਸ ਇਜ਼ ਜਸਟ ਅ ਬਿਗਿਨਿੰਗ, ਮਾਰਕ ਮਾਈ ਵਰਡਸ, ਅਜੇ ਸ਼ੁਰੂਆਤ ਆ ਜੀ। ਬਿਲਕੁਲ ਜੀ ਬਿਲਕੁਲ, ਔਰ ਪਿਛਲੇ 14 ਸਾਲ ਤੋਂ ਜਿੰਨੀ ਦੇਰ ਤੋਂ ਪੰਜਾਬੀ ਸਿਨੇਮਾ ਸ਼ੁਰੂ ਹੋਇਆ ਜੀ ਆਇਆਂ ਨੂੰ ਤੋਂ, ਉਸ ਤੋਂ ਬਾਅਦ ਕੋਈ ਫਰਕ ਪਿਆ ਵੇਖਿਆ ਹੀਰੋ ਦੇ ਵਿੱਚ, ਏਡਾ ਕੀ ਉਦੋਂ ਸੀ ਜੀ ਆਇਆਂ ਨੂੰ ਦੇ ਵਿੱਚ, ਅਤੇ ਏਡਾ ਕੀ ਸਾਡੇ ਸੀ ਐਮ ਸਾਹਿਬ ਦੇ ਵਿੱਚ ਹੈ। ਪਰ ਸਾਡੇ ਸੀ ਐਮ, ਮੈਂ ਦੱਸਾਂਗਾ ਕਿ ਇੱਕ ਨੋਵਲਟੀ ਕੀ ਇਸ ਫਿਲਮ ਦੀ, ਪਹਿਲੀ ਵਾਰੀ ਹੈ ਕਿ ਪੋਲੀਟੀਕਲ ਬੈਕਡ੍ਰੋਪ 'ਤੇ ਕੋਈ ਪੰਜਾਬੀ ਫਿਲਮ ਬਣੀ ਹੈ, ਔਰ ਪੰਜਾਬੀ ਸਿਨੇਮੇ ਦੇ ਵਿੱਚ ਐਕਸਪੈਰੀਮੈਂਟ ਹੋਣ ਲੱਗ ਪਏ ਆ। ਇੱਕ ਐਂਟਰਟੇਨਮੈਂਟ ਦੇ ਨਾਲ ਨਾਲ ਅਸੀਂ ਸਬਜੈਕਟ 'ਤੇ ਗੱਲ ਕਰਦੇ ਹਾਂ, ਅਸੀਂ ਕਿਸੇ ਵਿਸ਼ੇ 'ਤੇ ਫਿਲਮ ਬਣਾ ਰਹੇ ਹਾਂ। ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ, ਮਸਟ ਵਾਚ ਸਾਡੇ ਸੀ ਐਮ ਸਾਹਿਬ, ਕਿਉਂਕਿ ਅਸੀਂ ਸਿਰਫ ਬਣਾ ਸਕਦੇ ਹਾਂ ਸਿਨੇਮੇ ਨੂੰ ਨਵੀਂ ਡਾਇਮੈਂਸ਼ਨ, ਉਦੋਂ ਤੱਕ ਨਹੀਂ ਮਿਲ ਸਕਦੀ ਜਦੋਂ ਤੱਕ ਕਮਿਟਿਡ ਆਡੀਅੰਸ ਆਪਣੇ ਸਿਨੇਮੇ ਨੂੰ ਪਿਆਰ ਨਾ ਕਰੇ। ਸੋ ਅਸੀਂ ਕਮਿਟਿਡ ਹਾਂ ਚੰਗੀਆਂ ਫਿਲਮਾਂ ਬਣਾਉਣ ਲਈ, ਤੁਸੀਂ ਕਮਿਟਿਡ ਹੋਵੋ ਕਿ ਅਸੀਂ ਚੰਗੀ ਫਿਲਮ ਥੀਏਟਰ 'ਚ ਜਾ ਕੇ ਜ਼ਰੂਰ ਦੇਖਣੀ ਹੈ। ਪਤਾ ਲੱਗ ਜਾਂਦਾ ਜਦੋਂ ਤੁਹਾਡੇ ਪ੍ਰੋਮੋ ਚੱਲਦੇ ਆ, ਟ੍ਰੇਲਰ ਚੱਲਦੇ ਆ, ਕਹਿੰਦੇ ਘਰ ਦੇ ਭਾਗ ਡਿਓੜੀ ਤੋਂ ਪਤਾ ਲੱਗ ਜਾਂਦੇ ਆ। ਸੋ ਚੰਗੀ ਫਿਲਮ ਲੱਗਦੀ ਹੈ ਤਾਂ ਉਹਨੂੰ ਥੀਏਟਰ 'ਚ ਜਾ ਕੇ ਜ਼ਰੂਰ ਦੇਖਿਆ ਕਰੋ। ਸੋ ਇੱਕ ਵਾਰੀ ਫਿਰ ਮੈਂ ਰਿਕੁਐਸਟ ਕਰਾਂਗਾ ਸਾਡੇ ਪ੍ਰੋਡਿਊਸਰ ਜਿਨ੍ਹਾਂ ਨੇ ਇਸ ਫਿਲਮ ਨੂੰ ਕੰਸੀਵ ਕੀਤਾ ਔਰ ਇਸ ਫਿਲਮ ਨੂੰ ਲਿਖਿਆ, ਉਸ ਤੋਂ ਬਾਅਦ ਇਸ ਫਿਲਮ ਨੂੰ ਬਣਾਇਆ, ਤੁਹਾਡੇ ਤੱਕ ਪਹੁੰਚਾਇਆ, ਮੇਰੇ ਵੀਰ ਸੁਮੀਤ ਮਨਚੰਦਾ ਜੀ, ਸਾਗਾ ਯੂਨੀਸਿਸ ਦੇ ਮੈਨੇਜਿੰਗ ਡਾਇਰੈਕਟਰ ਨੇ। ਮੈਂ ਰਿਕੁਐਸਟ ਕਰਾਂਗਾ ਕਿ ਤੁਸੀਂ ਵੀ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ ਸਾਡੀ ਆਡੀਅੰਸ ਨਾਲ। ਟਾਈਮ ਬਹੁਤ ਘੱਟ ਹੈ, ਮਾਲ ਵਾਲੇ ਬਾਰ ਬਾਰ ਕਾਲ ਕਰ ਰਹੇ ਨੇ ਜੀ, ਬੰਦ ਕਰਨਾ। ਇੱਕ ਹੀ ਲਾਈਨ ਬੋਲਾਂਗਾ, ਪੋਲ ਵੀ ਖੁੱਲੇਗੀ ਅਤੇ ਐਂਟਰਟੇਨਮੈਂਟ ਦੀ ਡੋਜ਼ ਵੀ ਮਿਲੇਗੀ। ਸੋ ਤੁਸੀਂ ਪੋਲ ਖੁਲਵਾਉਣੀ ਹੈ ਨਾ, ਅਗਰ ਪੋਲ ਖੁੱਲਦੇ ਦੇਖਣਾ ਤਾਂ 27 ਮਈ ਨੂੰ ਸਾਰਿਆਂ ਨੇ ਆਉਣਾ। ਵੈਸੇ ਤਾਂ ਪੋਲੀਟਿਕਸ ਐਡੀ ਖਤਰਨਾਕ ਚੀਜ਼ ਹੈ, ਕਹਿੰਦੇ ਮੁੰਡਾ ਆਪਣੇ ਪੋਲੀਟੀਕਲ ਸਿਸਟਮ ਦੀ ਗੱਲ ਦੱਸਣ ਲੱਗਾ, ਆਪਣੇ ਪਿਓ ਨੂੰ, ਲੀਡਰ ਪਿਓ ਨੂੰ ਕਹਿੰਦਾ ਕਿ ਪਾਪਾ ਜੀ ਮੈਂ ਵੀ ਪੋਲੀਟਿਕਸ 'ਚ ਆਉਣਾ ਚਾਹੁੰਦਾ। ਕਹਿੰਦਾ ਬੇਟੇ ਦਫਾ ਕਰ, ਕੋਈ ਕੰਮ ਹੈ? ਕਹਿੰਦਾ ਨਹੀਂ ਡੈਡੀ ਮੈਂ ਜ਼ਰੂਰ ਆਉਣਾ। ਕਹਿੰਦਾ ਬੇਟੇ ਕੋਈ ਹੋਰ ਕੰਮ ਕਰ ਲੈ, ਮੈਂ ਪੈਸੇ ਲਾ ਦੇਣਾ, ਕੋਈ ਬਿਜ਼ਨਸ ਸ਼ੁਰੂ ਕਰ ਲੈ। ਕਹਿੰਦਾ ਡੈਡੀ ਮੈਂ ਪੋਲੀਟਿਕਸ 'ਚ ਹੀ ਆਉਣਾ। ਕਹਿੰਦਾ ਓਕੇ ਬੇਟਾ, ਇੱਦਾਂ ਕਰ ਵੀ ਜੇ ਤੇਰਾ ਅੱਜ ਤੋਂ ਟ੍ਰੇਨਿੰਗ ਸ਼ੁਰੂ ਕਰ ਦੇਣੇ। ਕਹਿੰਦਾ ਕੋਠੇ ਚੜ੍ਹ ਜਾ। ਬੇਟਾ ਛੱਤ 'ਤੇ ਚੜ੍ਹ ਗਿਆ। ਕਹਿੰਦੇ ਬੇਟੇ ਛਲਾਂਗ ਲਗਾ ਦੇ। ਉਹ ਕਹਿੰਦਾ ਨਹੀਂ ਡੈਡੀ ਮੈਂ ਸੱਟ ਲੱਗ ਜੇ। ਬੇਟਾ ਮੈਂ ਨਹੀਂ ਖੜਾ ਥੱਲੇ, ਤੂੰ ਮੇਰਾ ਪੁੱਤਰ ਹੈ, ਮੈਂ ਤੈਨੂੰ ਡਿੱਗਣ ਦਿਆਂਗਾ, ਮੈਂ ਕੈਚ ਕਰਾਂਗਾ ਪੁੱਤ, ਛਲਾਂਗ ਮਾਰ। ਉਹ ਬੱਚੇ ਨੇ ਵਿਚਾਰੇ ਨੇ ਹੌਸਲਾ ਜਿਹਾ ਕਰਕੇ ਉਹ ਛਲਾਂਗ ਮਾਰਤੀ, ਪਿਓ ਸਾਈਡ 'ਤੇ ਹੋ ਗਿਆ। ਮੁੰਡਾ ਵਿਹੜੇ 'ਚ ਡਿੱਗਾ, ਇੱਥੋਂ ਦੋ ਥਾਵਾਂ ਤੋਂ ਲੱਤ ਟੁੱਟ ਗਈ।
ਉੱਠ ਕੇ ਗਾਲਾਂ ਕੱਢੇ ਪਿਓ ਤੇਰੇ ਵਰਗੇ ਹੁੰਦੇ ਵੀ ਤੇ ਮੈਨੂੰ ਕਹਿ ਕੇ ਛਲਾਂਗ ਮਾਰ ਮੈਂ ਕੈਚ ਕਰ ਲਾਂਗਾ ਆਪ ਪਿੱਛੇ ਹੋ ਗਿਆ ਕਹਿੰਦਾ ਬੇਟੇ ਇਹ ਪੋਲੀਟਿਕਸ ਦਾ ਪਹਿਲਾ ਲੈਸਨ ਹੈ ਕਿ ਪੋਲੀਟਿਕਸ ਵਿੱਚ ਕਦੇ ਸਕੇ ਪਿਓ ਤੇ ਵੀ ਯਕੀਨ ਨਹੀਂ ਕਰਨਾ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਐਕਸਪੋਜ਼ ਕਰਨ ਵਾਲੀਆਂ ਹੁੰਦੀਆਂ ਨੇ ਅਸੀਂ ਐਕਸਪੋਜ਼ ਕਰਾਂਗੇ ਤੁਸੀਂ ਐਕਸਪਲੋਰ ਕਰੋ ਇੱਕ ਨਵਾਂ ਆਈਡੀਆ ਇੱਕ ਨਵਾਂ ਸੋ ਮੈਂ ਲਾਸਟ ਤੇ ਕਹਾਂਗਾ ਹਰਭਜਨ ਭਾਜੀ ਨੂੰ ਕਿ ਸਮਰ ਕਰੀਏ ਥੈਂਕ ਯੂ ਸੋ ਵੈਰੀ ਮਚ ਇੱਕ ਬੜੀ ਜ਼ੋਰ ਤਾਲੀਆਂ ਸਾਡੀ ਸਾਰੀ ਸਟਾਰ ਕੈਸਟ ਤੇ ਹੱਥ ਖੜੇ ਕਰਕੇ 27th ਮਈ ਨੂੰ ਸਿਨੇਮਾ ਦੇ ਵਿੱਚ ਤੁਸੀਂ ਪਹੁੰਚਣਾ ਗਾਣਾ ਦੱਸੋ ਕਿਹੜਾ ਸੁਣਨਾ ਚਾਹੁੰਦੇ ਹੋ ਤੁਸੀਂ ਟੋਏ ਟੋਏ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਟੋਇਆਂ ਤੋਂ ਪਹਿਲਾਂ ਇੱਕ ਨੌਜਵਾਨ ਜਿਹਨੇ ਬਹੁਤ ਖੂਬਸੂਰਤ ਗੀਤ ਥੋੜੇ ਸਮੇਂ ਵਿੱਚ ਲਿਖੇ ਆ ਮੇਰੀ ਹੁਸਨ ਦੀ ਕਲੀ ਤੁਸੀਂ ਸੁਣੀ ਹੋਣੀ ਆ ਪ੍ਰੀਤ ਕਮਲ ਇੱਕ ਵਾਰੀ ਉਹ ਵੀ ਕੁਦਰਤੀ ਪਹੁੰਚਿਆ ਹੈ ਪ੍ਰੀਤ ਕਮਲ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਹੁਸਨ ਦੀ ਕਲੀ ਇੱਕ ਇੱਕ ਸਾਰ ਰੱਬ ਲਿਖੇ ਤੇਰੇ ਨਾਲ ਮੈਂ ਦੋ ਬੋਲ ਆਪਣੀ ਪਿਆਰ ਮੁਹੱਬਤ ਕੋ ਬੀਜ ਕੇ ਜੀਆਂ ਨੂੰ ਤਾਂ ਉਸੇ ਤਰ੍ਹਾਂ ਦਾ ਹੀ ਨਜ਼ਰ ਆ ਰਿਹਾ ਇਹ ਤੁਹਾਡੀ ਮੁਹੱਬਤ ਆ ਦੋ ਬੋਲ ਮੈਂ ਸਿਰਫ ਤੁਹਾਡੀ ਨਜ਼ਰ ਉਸ ਤੋਂ ਬਾਅਦ ਕਹਿੰਦਾ ਗੋਰੀ ਮਾਰ ਕੇ ਨਹੀਂ ਹੋਇਆ
ਮੇਰੇ ਕਾਫੀ ਪੁਰਾਣੇ ਫੈਨਸ ਇੱਥੇ ਬੈਠੇ ਹੋਣਗੇ ਜਿਨ੍ਹਾਂ ਨੇ ਗੱਲਾਂ ਗੋਰੀਆਂ ਤੋਂ ਪਹਿਲਾਂ ਵੀ ਮੈਨੂੰ ਸੁਣਿਆ, ਮੇਰੇ ਗਾਣੇ ਨੂੰ ਮਾਣਿਆ। ਇੱਕ ਗਾਣਾ ਕੁਦਰਤੀ ਉਹ ਗੀਤ ਦਾ ਗੀਤਕਾਰ ਕੈਲੀਫੋਰਨੀਆ ਤੋਂ ਇੱਥੇ ਆਇਆ ਹੋਇਆ ਮੇਰੀ ਨਜ਼ਰ ਪਿਆ, ਸਨੀ ਮਾਨ ਆ ਜਾ ਸਨੀ ਮਾਨਾ, ਇੱਕ ਮਿੰਟ ਜ਼ੋਰਦਾਰ ਤਾੜੀ। ਗਾਣਾ ਸੀ ਮੈਨੂੰ ਬੜਾ ਪਿਆਰਾ ਲੱਗਦਾ ਨੀ ਤੇਰੇ ਵਾਲਾਂ ਵਿੱਚ ਚੀਰ ਕੁੜੇ, ਉਹਦੇ ਦੋ ਬੋਲ, ਬੜਾ ਪੁਰਾਣਾ ਮੇਰਾ ਗੀਤ ਆ ਸਨੀ ਦਾ ਲਿਖਿਆ, ਵਾਲਾਂ ਵਿੱਚ ਚੀਰ ਕੁੜੇ। ਤੁਸੀਂ ਜ਼ਰੂਰ ਦੇਖਣਾ 27th ਮੇ ਨੂੰ, ਔਰ ਬਹੁਤ ਜਲਦੀ
ਆਪਦਾ ਗੀਤ ਵੀਡੀਓ ਲੈ ਕੇ ਤੁਹਾਡੀ ਨਜ਼ਰ ਹੋਊਗਾ। ਆਲ ਦਾ ਵੇ ਫਰੋਮ ਕੈਨੇਡਾ ਨਵੀਂ ਸਿੱਧੂ, ਇੱਕ ਵਾਰੀ ਉਹਦੀ ਜ਼ੋਰਦਾਰੀ ਤਾੜੀਆਂ ਦੇ ਨਾਲ ਹੌਸਲਾ ਅਫਜ਼ਾਈ ਕਰਨੀ ਨਵੀਂ ਸਿੱਧੂ। ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤਿਆਰ ਹੋ ਸਤਾਈ ਮੀਨੂ, ਸਾਡੇ ਸੀਐਮ ਸਾਹਿਬ ਆ ਰਹੀ ਆ, ਜ਼ੋਰਦਾਰ ਤਾੜੀਆਂ। ਸੋ ਨਾਟ ਟੇਕ ਅਪ ਟੂ ਮਚ ਟਾਈਮ, ਓਸਕਰ।